ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡੀ ਆਪਣੀ ਕਿਰਜੀਤ। ਕੀ ਹਾਲ ਨੇ ਸਭ ਦੇ, ਠੀਕ ਹੋ? ਅਤੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ, ਵੈਸੇ ਮੈਂ ਬਹੁਤ ਘੱਟ ਟਾਈਮ ਦੇ ਵਿੱਚ ਮਤਲਬ ਕਿ ਇਹ ਪੋਸਟ ਕੀਤਾ ਸੀਗਾ ਕਿ ਜੀਤੋ ਦੀ ਦੇ ਨਾਲ ਲਾਈਵ ਹੋ ਰਹੇ ਹਾਂ ਅਸੀਂ, ਹੈ ਨਾ, 15 ਮਿੰਟ ਬਾਅਦ। ਅਤੇ ਉਹ ਮੈਂ ਹੁਣ ਦੀ ਨੂੰ ਆਪਣੇ ਕੋਲ ਲੈ ਕੇ ਆਈ ਹਾਂ, ਅਤੇ ਅਸੀਂ ਬਹੁਤ ਜਲਦ ਮੈਂ ਉਹਨਾਂ ਨੂੰ ਇੱਥੇ ਬੁਲਾਉਂਦੀ ਹਾਂ। ਵੇਟ ਕਰੋ ਤੁਸੀਂ ਥੋੜ੍ਹੀ। ਨੀ ਕੀ ਆ ਕੁੜੇ, ਕੀ ਇਹ ਦਿਖਾਈ ਜਾਂਦੀ ਆ ਤੂੰ? ਕੀ ਇਹ ਦੱਸ, ਮੈਨੂੰ ਤਾਂ ਹੋਣਾ ਵੀ ਨਹੀਂ ਆਉਂਦਾ ਇਹਦੇ ਤੇ ਭੈਣੇ। ਕੀ ਕਰਨਾ ਦੱਸ, ਹੈ ਇਹਦੇ ਤੇ ਲਾਈਵ ਹੋਣਾ? ਪਤਾ ਨੀ ਕੀ ਕੀ ਕਰਾਈ ਜਾਂਦੀ ਆ ਤੂੰ ਤਾਂ ਮੇਰੇ ਤੋਂ। ਕੀ ਕਰਨਾ ਇਹਨੂੰ? ਇਹ ਤਾਂ ਭੈਣੇ ਖਾਸੇ ਕੁਛ ਦਿਸੀ ਜਾਂਦਾ, ਹੈਂ? ਮੈਨੂੰ ਤਾਂ ਭੈਣੇ ਇਹਦਾ ਕੁਛ ਪਤਾ ਵੀ ਨਹੀਂ ਲੱਗ ਰਿਹਾ ਤੇਰੇ ਦਾ। ਕੀ ਆ ਇਹ ਦੱਸ, ਕੀ ਕਰਨਾ ਇਹਦੇ ਤੇ? ਤਾਂ ਭੈਣੇ ਇਹਦੇ 'ਚ ਤਾਂ ਫੋਟੋਆਂ ਜੀਆਂ ਦਿਖੀ ਜਾਂਦੀਆਂ ਨੇ ਮੈਨੂੰ ਤਾਂ, ਆਉਂ ਐ ਲੱਠੇਂਗੇ ਦਿਖਾਈ ਜਾਂਦੇ ਨੇ। ਲੈ ਦੱਸ ਸਾਰੇ ਹੀ ਇਹਦੇ 'ਚ ਤਾਂ ਭਾਈ, ਕੀ ਕਰਨਾ ਇਹਨੂੰ, ਹੈ ਹੁਣ ਕੀ ਕਰਾਂ? ਅੱਛਾ ਸਤਿ ਸ਼੍ਰੀ ਅਕਾਲ ਬੁਲਾਵਾਂ ਸਾਰਿਆਂ ਨੂੰ। ਅੱਛਾ, ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਹੋਰ ਠੀਕ ਹੋ? ਕੀ ਹਾਲ ਨੇ ਤੁਹਾਡੇ? ਆ ਤਾਂ ਭਾਈ ਕੁੜੀ ਮੇਰੇ ਮਗਰ ਹੀ ਪੈ ਗਈ ਅੱਜ। ਹੋਰ ਪਤਾ ਨਹੀਂ ਕੀ ਕਰਦੀ ਰਹਿੰਦੀ ਹੈ ਤੁਹਾਡੇ ਨਾਲ ਗੱਲਾਂ, ਮੇਰਾ ਨਾਂ ਲੈ ਲੈ ਕੇ। ਕਹਿੰਦੀ ਤੈਨੂੰ, ਕਹਿੰਦੀ ਤੈਨੂੰ ਤਾਂ ਦੀਦੀ ਤੇਰੇ ਤਾਂ ਵੀਡੀਓ ਹੀ ਬਹੁਤ ਦੇਖਦੇ ਨੇ, ਕਹਿੰਦੀ ਸਾਰੇ ਲੈ, ਐਂ ਕਹੀ ਜਾਂਦੀ ਆ ਮੈਨੂੰ। ਤੜਕੇ ਦੀ ਮੇਰੇ ਬਾਤ ਪਈ ਪਈ ਐ, ਚੱਲ ਕਹਿੰਦੀ ਚੱਲ ਮੇਰੇ ਘਰੇ, ਚੱਲ ਮੇਰੇ ਘਰੇ। ਹੋਰ ਹੁਣ ਲੈ ਕੇ ਹੀ ਆਈ ਇਹਨੇ ਤਾਂ ਭਾਈ, ਮੇਰੀ ਜਾਨ ਹੀ ਨੀ ਛੱਡੀ ਹੈਗੀ ਸੱਚੀ। ਹਾਂ ਕੀ ਆ ਕੀ ਇਹਦੇ ਤੇ ਤਾਂ ਭਣੇ ਉੱਤੇ ਉੱਤੇ ਨੂੰ ਹੋਈ ਜਾਂਦਾ ਕੁਛ, ਤੇਰਾ ਆ ਕੇ ਦੇਖ ਲਾ ਆਪਦਾ, ਮੈਨੂੰ ਨੀ ਪਤਾ ਪੁਤਾ ਲੱਗਦਾ ਇਹਦਾ। ਆਹ ਖਾਸਾ ਕੁਛ ਲਿਖੀ ਜਾਂਦੇ ਨੇ ਇਹਨੇ, ਹੁਣ ਆਪ ਕਿੱਧਰ ਭੱਗ ਗਈ ਭਾਈ? ਆ ਜਾ ਉਰੇ, ਆ ਦੇਖ ਲਾ ਆਣ ਕੇ, ਮੈਨੂੰ ਤਾਂ ਤੂੰ ਵਿੱਚ ਫਸਾਤਾ, ਲਿਆ ਕੇ ਇੱਥੇ ਫਟਾਤਾ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਥੋੜ੍ਹੀ ਥੋੜ੍ਹੀ ਪੜ੍ਹ ਲੈਂਦੀ ਹੁੰਦੀ ਹਾਂ ਮੈਂ, ਪੰਜਾਬੀ ਆਉਂਦੀ ਆ ਮੈਨੂੰ, ਆਹ ਵਿੱਚ ਲਿਖ ਰਹੇ ਹੋ ਜਿਹੜੀ ਤੁਸੀਂ, ਐਂ ਐਂ ਤਾਂ ਮੈਂ ਪੜ੍ਹ ਲੂੰ ਕੋਈ ਨਾ ਤੁਹਾਡੀਆਂ ਗੱਲਾਂ ਵਿੱਚ। ਸੋਨੀ ਬਲ ਕਹਿੰਦਾ ਕੀ ਹਾਲ ਜੀ। ਹਾਂ ਭਾਈ ਮੈਂ ਤਾਂ ਐਨ ਵਧੀਆ ਭਾਈ, ਪੁੱਸੋ ਨਾ ਕੁਛ, ਐਨ ਬਾਗੋ ਬਾਗ ਆ ਭਾਈ। ਤੁਸੀਂ ਦੱਸੋ ਸਾਰੇ ਕਿਵੇਂ ਹੋ, ਠੀਕ ਹੋ? ਭਾਈ ਇਹ ਤਾਂ ਹੋਈ ਰਹਿੰਦੀ ਆ ਕੁੜੀ, ਮੈਂ ਦੇਖਿਆ ਇਹਨੂੰ ਇਹਦੇ ਤੇ, ਆ ਤੁਹਾਡੇ ਸਾਹਮਣੇ ਬਹਿ ਜਾਂਦੀ ਆ ਗੱਲਾਂ ਮਾਰਨ ਇਹ। ਭਾਈ ਮੈਨੂੰ ਕਿੱਥੇ ਇੰਨੀਆਂ ਗੱਲਾਂ ਆਉਂਦੀਆਂ ਨੇ, ਵਾਹ ਮੈਂ ਤਾਂ ਹੁਣ ਦੇਖੀ ਜਾਂਦੀ ਆ। ਲੈ ਕਹਿੰਦੀ ਲੈਬ ਕਰਨਾ ਤੈਨੂੰ ਦੀਦੀ, ਤੈਨੂੰ ਲੈਬ ਕਰਨਾ ਤੈਨੂੰ, ਵਾਹ ਪਤਾ ਨੀ ਕੀ ਕੀ ਉਹਨਾਂ ਦੇ ਨਵੇਂ ਨਵੇਂ ਕੰਮ ਹੋਏ ਪਏ ਨੇ ਅੱਜ ਕੱਲ੍ਹ ਦੇ ਜ਼ਮਾਨੇ ਦੇ। ਹਾਂ ਨੀ ਭੈਣੇ ਲਿਆ, ਨੀ ਭੈਣੇ ਮੈਂ ਕਿੱਥੇ ਕੱਪ 'ਚ ਚਾਹ ਪੀਨੀ ਆ, ਤੂੰ ਮੈਨੂੰ ਲਿਆ ਕੇ ਉਈ ਫੜਾਤੀ ਆਹ ਕੱਪੀ ਜੀ, ਮੈਂ ਤਾਂ ਗਲਾਸ 'ਚ ਲਿਆ ਕੇ ਦੇ। ਓਹ ਸਟੀਲ ਦੇ ਗਲਾਸ 'ਚ ਲਿਆਈ ਵਧੀਆ ਜੀ, ਚਾਹ ਜ਼ਿਆਦੀ ਪਾ ਕੇ ਲਿਆਈ, ਨਾਲੇ ਘੁੱਟ ਕੇ ਚਾਹ ਦੇ ਦੀ। ਗੁਰਬਚਨ ਭੁੱਲਰ ਕਹਿੰਦੇ ਮੈਡਮ ਅੰਮਾ ਜੀ ਕੀ ਹਾਲ। ਹਾਂ ਹਾਂ ਭਾਈ ਐਂ ਵਧੀਆ ਭਾਈ, ਜਮੀ ਪੂਰੀ ਐਨ ਰੌਣਕ ਲੱਗੀ ਪਈ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਭਾਈ, ਐਂ ਚੜ੍ਹਦੀ ਕਲਾ, ਪੁੱਛੋ ਨਾ ਕੁਛ। ਨਵੇਂ ਨਵੇਂ ਕੰਮ ਨੇ ਭਾਈ, ਹੈਂ ਦੇਖ ਲਾ ਅੱਜ ਕੱਲ੍ਹ। ਲੈ ਦੱਸ ਆ ਮੈਨੂੰ ਕਿੱਥੇ ਆਉਂਦਾ ਸੀਗਾ, ਆ ਕੁੜੀ ਨੇ ਅੱਜ ਮੈਨੂੰ ਦਿਖਾਤਾ ਤੁਹਾਡੇ ਸਾਹਮਣੇ ਬਿਠਾ ਕੇ, ਦੇਖ ਲੈ ਲੈ ਭਾਈ ਇਸ ਤਾਂ ਗਲਾਸ 'ਚ ਚਾਹ ਪੀ ਕੇ ਖੁਸ਼ ਹੁੰਦੇ ਆ, ਸਾਨੂੰ ਕਿੱਥੇ ਆ, ਤੁਹਾਡੇ ਕੱਪ ਕੁੱਪ ਜੇ ਜੈ ਵੱਡੇ ਚੰਗੇ ਲੱਗਦੇ ਨੇ, ਹੈਂ ਐ ਦੇਖ ਜਿੰਨੇ ਚਿਰ ਐ ਭਰਿਆ ਨਾ ਹੋਵੇ ਗਲਾਸ ਚਾਹ ਦਾ, ਕਿਤੇ ਸਵਾਦ ਆਉਂਦਾ ਪੀਣ ਦਾ, ਭੋਰਾ ਨੀ ਆਉਂਦਾ ਹੈਗਾ। ਨੀ ਆ ਜਾ ਭੈਣੇ ਹੁਣ ਤੂੰ ਦੇਖ ਲੈ ਇਹਨੂੰ ਆਪਦੇ ਨੂੰ ਆਣ ਕੇ, ਆ ਤਾਂ ਖਾਸਾ ਹੀ ਕੁਛ ਲਿਖੀ ਜਾਂਦੇ ਨੇ ਵਿੱਚ, ਮੈਨੂੰ ਨੀ ਇਹਦਾ ਸਮਝ ਆਉਂਦੀ ਤੇਰੀ, ਉਹ ਤਾਂ ਉੱਤੇ ਉੱਤੇ ਹੋਈ ਜਾਂਦੇ ਨੇ ਨਾਲੇ। ਆਹ ਮੈਂ ਇੰਨੀ ਛੇਤੀ ਕਿੱਥੇ ਪੜ੍ਹ ਲੂੰ ਇਹਨਾਂ ਨੂੰ,
हरदीप सिंह कहंदे असी भी पीनी चाह जी, असी भी पीनी चाह। हां हां भाई आज आज तो बहुत दरिया दिल है, तो चाह चू नहीं जवाब दिंदी है, चाह तो पिलाउंदी है हरेक नूं, चाह पिलाए बिना तो तोरदी ही नहीं हैगी, बाल ही चंगे सुभा की कुड़ी है। गुरचरण भुलर कहता मैडम नजर लग जूगी, तो भाई मैं तो पहली बारी बैठी हाँ थोड़े मूहरे, ऊं मैनू कितों नजर लग जूगी, आ नजर लगनी है मैनू हूँ गां की, इन्ने चिर की तो लगी नहीं, आ सारी जिंदगी लंघ गई नजर लगनिया ने इतने जय बढ़िया। जस्सी कंग की हाल ने दीदी जी, नहीं आ नहीं मैंने ठीक है जस्सी, तू दस किवें आ कुड़े ਕਿੱਥੇ ਗਵਾਚ ਗਈ, ਤੂੰ ਤਾਂ ਦਿਖੀ ਹੈ ਨੀ, ਮੈਨੂੰ ਤਾਂ ਬਾਹਲੇ ਹੀ ਸਾਲ ਹੋ ਗਏ। ਭਾਰਤ ਡੇਵਲ ਡੇਵਲ ਵੈਰੀ ਗੁੱਡ ਲਾਲੀ ਜੀ ਉਰਫ ਜੀਤੋ, ਬੇ ਭਾਈ ਮੈਂ ਤਾਂ ਜੀਤੋ ਹਾਂ, ਲਾਲੀ ਆਉਂਦੀ ਹੈ ਤੁਹਾਡੀ ਉਹਦੇ ਨਾਲ ਫਿਰ ਬਾਅਦ ਚ ਕਰਿਓ ਗੱਲ, ਆਹ ਮੈਨੂੰ ਤਾਂ ਫਸਾ ਕੇ ਬਿਠਾ ਤਾ ਉਹਨੇ ਇੱਥੇ, ਅੱਜ ਤੁਹਾਡੇ ਮੂਹਰੇ ਲਿਆ ਤਾ, ਆ ਜਾ ਦੀਦੀ ਆ ਜਾ ਦੀਦੀ ਕਰੀ ਜਾਂਦੀ ਆ ਬੈਠੀ, ਤੜਕੇ ਦੀ ਲੱਗੀ ਪਈ ਆ, ਮੇਰਾ ਦਿਮਾਗ ਖਾਧਾ ਪਿਆ ਨੇ ਕੁੜੀ ਨੇ ਤਾਂ, ਪੁੱਛੋ ਹੀ ਨਾ ਕੁਛ। ਜੱਸੀ ਕੰਗ ਚਾਹ, हां हां आज आज भाई आज चाह वादू, चाह की कड़ी गल थो ए नहान वा तोरा गे चाह चा असी। राज सिद्धू कहना ना बैठ दी, भाई बहना पैंदा की करिए है, सब दी सुननी पैंदी आ, जेड़ा भाई प्यार मोहब्बत करदा सब दी सुननी पैंदी आ, कुड़ी मेरा करदी है बाहला है, फिर मैं इनू जवाब नहीं दे सकदी, हुण मैं थोनू की दसा, तुसी मैनू पुछो ना इह जिहियां गल्लां तां जमा भी। ਨਰਿੰਦਰ ਰੰਧਾਵਾ ਕਹਿੰਦਾ ਤੇਰੀਆਂ ਇਹਨਾਂ ਗੱਲਾਂ ਦੀ ਕੋਈ ਸੇਧ ਹੈ ਪੰਜਾਬ ਨੂੰ, ਬੇ ਭਾਈ ਹੱਸ ਲਿਆ ਕਰੋ ਘੋਭੋਰਾ, ਕੀ ਤੁਸੀਂ ਰੋਂਦੇ ਦੇ ਰੋਂਦੇ ਜਦ ਦੇਖ ਲਓ ਤੁਹਾਨੂੰ ਹੈਂ, ਆਹ ਹੁਣ ਸੇਧਾਂ ਵਾਲੇ ਬਥੇਰੇ ਬੈਠੇ ਨੇ ਉਹਨਾਂ ਤੋਂ ਲੈ ਲਓ ਜਾ ਕੇ ਸੇਧਾਂ, ਵੀ ਤੈਨੂੰ ਦਸ ਹੱਸਿਆ ਨੀ ਜਾਂਦਾ ਜਦ ਤੋਂ ਭੋਰਾ, ਆਹ ਰੋਈ ਜਾਓ ਇੱਥੇ ਸਾਰਾ ਦਿਨ ਬੈਠੇ, ਕੁਛ ਨੀ ਰੁਕਣਾ ਤੁਹਾਡੇ ਰੋਕੇ ਤੋਂ, ਨਾ ਮੇਰੇ ਰੋਕੇ ਤੋਂ, ਕਿਸੇ ਦੇ ਰੋਕੇ ਤੋਂ, ਜਿਹੜਾ ਕੁਛ ਹੋਣਾ ਨਾ ਤਾਂ ਹੋ ਜਾਣਾ, ਆਹ ਜੇ ਰੁਕਦਾ ਹੁੰਦਾ ਤਾਂ ਫਿਰ ਸਾਰੇ ਰੋਈ ਹੋਈ ਜਾਂਦੇ, ਫਿਰ ਤਾਂ ਮਾੜਾ ਕੁਛ ਹੁੰਦਾ ਹੀ ਨਾ ਦੁਨੀਆਂ ਤੇ। ਮੁਖਤਿਆਰ ਮਣਕਾ ਜੀ ਕਹਿੰਦੇ ਬਹੁਤ ਖੂਬਸੂਰਤ ਅੰਦਾਜ਼, ਥੈਂਕ ਯੂ ਵੀਰੇ, ਆਹ ਥੈਂਕ ਯੂ ਤਾਂ ਮੈਨੂੰ ਵੀ ਬੋਲਣਾ ਆਉਂਦਾ। ਜੱਸੀ ਕੰਗ ਬੇਟਾ ਠੀਕ ਆ ਜੀ, ਹਾਂ ਕੇ ਜੀ ਤਲਾਲੀ ਨੂੰ ਪੁੱਛਦੇ ਹੋ ਭਾਈ ਤੁਸੀਂ, ਜੱਸੀ ਠੀਕ ਆ ਭਾਈ, ਬੇਟਾ ਉਹਦਾ ਠੀਕ ਆ, ਐਨ ਵਧੀਆ ਪੜ੍ਹਦਾ ਗਾ, ਫਸਟ ਆਇਆ ਉਹ ਕੱਲ ਪਰਸੋਂ ਦਾ ਰਿਜ਼ਲਟ ਆਇਆ ਤੀ, ਇਹਨੇ ਰੀਲਾਂ ਤਾਂ ਪਾਉਂਦੀ ਰਹਿੰਦੀ ਆ, ਤੂੰ ਦੇਖਿਆ ਕਰਤਾ ਕੁੜੇ, ਨਾਲੇ ਸ਼ੇਅਰ ਸ਼ੂਅਰ ਵੀ ਕਰਦਿਆ ਕਰ ਇਹਦੀਆਂ ਰੀਲਾਂ, ਹੋਰ ਆ ਜੀ ਤਾਂ ਤੂੰ ਘਰੇ ਮਿਲ ਜੀ, ਦੇਖੀ ਆਉਂਦੇ ਕਾਹਤੇ ਨੀ ਤੁਸੀਂ। ਸੇਵਕ ਸਿੱਧੂ ਕਹਿੰਦਾ ਬਹੁਤ ਵਧੀਆ ਗੱਲਾਂ ਕਰਦੇ ਹੋ ਜੀ, ਲੈ ਭਾਈ ਥੈਂਕ ਯੂ ਵੀਰੇ, ਤੈਨੂੰ ਖੁਸ਼ੀ ਹੋਈ ਮੇਰੇ ਨਾਲ ਗੱਲ ਕਰਕੇ, ਹੈ ਬਾਲੇ ਤਾਂ ਵਿੱਚ ਮੱਚੀ ਜਾਂਦੇ ਨੇ ਜੈ ਵੱਡੇ, ਪਤਾ ਨੀ ਕੀ ਇਹਨਾਂ ਨੂੰ, ਪਤਾ ਨੀ ਕੀ ਘਰੋਂ ਲੜਕੇ ਆਏ ਹੁੰਦੇ ਨੇ, ਮੈਨੂੰ ਲੱਗਦਾ ਕਿਸੇ ਨਾਲ ਉਹ ਆ ਗੁੱਸਾ ਇੱਥੇ ਫੇਸਬੁੱਕ ਤੇ ਕੱਢਣ ਲੱਗ ਜਾਂਦੇ ਨੇ ਬਹਿ ਕੇ, ਮੈਂ ਦੇਖਿਆ ਬਾਲੇ ਆ ਕੁੜੀ ਕੇਜੀਤ ਦੀਆਂ ਫੋਟੋਆਂ ਤੇ ਵੀ ਕਮੈਂਟ ਕਰਦੇ ਨੇ, ਜੇ ਆਖਣ ਅੱਧਿਓ ਜਾਦੇ ਤਾਂ ਉਹੀ ਮੱਚੀ ਜਾਣਗੇ, ਪਤਾ ਨੀ ਉਹਨਾਂ ਨੇ ਕੀ ਚੱਕ ਕੇ ਲੈ ਕੇ ਜਾਣਾ ਦੁਨੀਆਂ ਤੋਂ, ਆ ਵੀ ਭੋਰਾ ਹੱਸ ਲਓ ਤੁਸੀਂ, ਕੀ ਉਈ ਰੋਈ ਜਾਓ ਇੱਥੇ ਬਹਿ ਕੇ ਸਾਰਾ ਦਿਨ। ਭਾਰਤ ਦੇਵਲ ਦੇਵਲ ਕਹਿੰਦਾ ਤੇਰੇ ਦਰਸ਼ਨ ਹੀ ਦੁੱਧ ਵਰਗੇ, ਚਾਹ ਦੀ ਕੋਈ ਲੋੜ ਨਾ, ਅੱਸਿਆ ਭਾਈ ਓਹੋ ਐਂ ਵੀ ਹੁੰਦਾ ਹੁੰਦਾ ਹੈ, ਅਸਾਂ ਤਾਂ ਦੁੱਧ ਮੁੱਲ ਲਿਆਉਣਾ ਪੈਂਦਾ ਰੋਜ਼, ਕੁਝ ਦਰਸ਼ਨਾਂ ਨਾਲ ਦੁੱਧ ਹੀ ਨਹੀਂ ਆਉਂਦਾ ਹੈਗਾ। ਇੰਦਰ ਬਰਾੜ ਗੁੱਡ ਵਰਕ, ਅੱਸਿਆ ਵੀਰੇ ਥੈਂਕ ਯੂ, ਪਾਲ ਪੰਜਾਬੀ ਬਹੁਤ ਹੀ ਸੁੰਦਰ ਲੱਗ ਰਹੇ ਹੋ ਜੀ, ਲੈ ਭਾਈ ਹੈਂ ਸੱਚੀ ਗੱਲ ਹੈ ਇਹ ਬੂ, ਮੈਂ ਮਰ ਜਾਂ ਹੈਂ ਦੱਸ। ਜੱਸੀ ਕੰਗ ਹਾਂ ਆਊਂਗੀ ਜੀ, ਠੀਕ ਹੈ ਕੋਈ ਗੱਲ ਨੀ ਭਾਈ ਆ ਜੀ, ਜਦ ਆਏਗੀ ਨਾ ਮੈਨੂੰ ਵੀ ਬੁਲਾ ਲਈ, ਮੈਂ ਵੀ ਮਿਲ ਲੂ ਤੈਨੂੰ। ਅੱਸਿਆ ਬੇ ਭਾਈ ਤੁਸੀਂ ਤਾਂ ਸਾਰੇ ਵਾਲੀਆਂ ਹੀ ਵਧੀਆ ਵਧੀਆ ਗੱਲਾਂ ਮਾਰਦੇ ਹੋ, ਹੈ ਦੱਸ ਮੈਨੂੰ ਤਾਂ ਪਤਾ ਹੀ ਨੀ ਤੀ ਭਾਈ, ਮੈਂ ਤਾਂ ਆਪਦੀ ਆਈਡੀ ਬਣਾ ਲੂ ਹੁਣ ਇਹਦੇ ਤੇ ਫੇਸਬੁੱਕ ਤੇ ਜਾ ਖਾਣੀ, ਮੈਂ ਤਾਂ ਰੋਜ਼ ਹੀ ਹੋ ਜਾਇਆ ਕਰੂੰ ਲੈ ਤੁਹਾਡੇ ਨਾਲ ਗੱਲਾਂ ਮਾਰਨ ਨੂੰ, ਮੈਨੂੰ ਕਿਹੜਾ ਕੋਈ ਕੰਮ ਹੈ ਘਰੇ, ਮੈਂ ਤਾਂ ਵਿਹਲੀ ਹੁੰਦੀ ਆ। ਹੋਰ ਸਿੰਦਾ ਭੁੱਲਰ ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲਦੇ ਹੋ ਜੀ, ਅਸੀਂ ਭਾਈ ਹਾਏ ਥੈਂਕ ਯੂ ਭਾਈ ਥੈਂਕ ਯੂ ਤੇਰਾ। ਅੱਸਿਆ
ਲਖਵਿੰਦਰ ਸਿੰਘ ਲੱਖ ਬੜੀਆਂ ਵਧੀਆ ਗੱਲਾਂ ਜੀਤੋ ਜੀ ਅਸਿਆ ਬੇ ਭਾਈ ਥੈਂਕ ਯੂ ਭਾਈ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਤਾਂ ਤੇ ਸਿੱਧੂ ਸਾਹਿਬ ਕਹਿੰਦੇ ਸਿੱਧੂ ਸਾਹਿਬ ਸਿੱਧੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੇ ਤੁਸੀਂ ਬਾਅਦ ਵਿੱਚ ਵੀ ਮੈਨੂੰ ਲੱਗਦਾ ਆ ਰਹੇ ਹੋ ਹੋਰ ਆ ਨਵੇਂ ਨਵੇਂ ਨੌ ਤੁਹਾਡੇ ਆਈ ਜਾਂਦੇ ਆ ਸਾਰਿਆਂ ਦੇ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਪ੍ਰੀਤ ਕਿੰਗ ਤੇਰੇ ਨਾਲੋਂ ਤਾਂ ਮੈਂ ਜ਼ਿਆਦਾ ਸੋਹਣਾ ਭਾਈ ਸਾਰੇ ਹੀ ਸੋਹਣੇ ਨੇ ਮੈਂ ਕਦੇ ਕਿਹਾ ਵੀ ਰਿਹਾ ਦੱਸ ਜਿਹੜੇ ਬੰਦੇ ਰੱਬ ਨੇ ਦੁਨੀਆ ਤੇ ਬਣਾ ਕੇ ਭੇਜੇ ਨੇ ਭਾਈ ਸਾਰੇ ਹੀ ਸੋਹਣੇ ਨੇ ਤੁਸੀਂ ਕਾਹਤੇ ਮੱਚਦੇ ਹੋ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜੈ ਵੱਡੀ ਇੱਕ ਦੂਜੇ ਤੇ ਉਈ ਮੱਚੀ ਜਾਂਦੇ ਨੇ ਪਤਾ ਨਹੀਂ ਕੀ ਇਹਨਾਂ ਨੂੰ ਹੋਇਆ ਪਿਆ ਗਾ ਭਾਈ ਖੁਸ਼ ਹੋ ਜਾ ਕਰੋ ਦੇਖ ਕੇ ਕਿਸੇ ਨੂੰ ਰੱਬ ਦੇ ਜੀ ਨੇ ਸਾਰੇ ਹੈ ਦੱਸ ਪਤਾ ਨਹੀਂ ਕੀ ਮੈਨੂੰ ਤਾਂ ਹੈਰਾਨੀ ਹੁੰਦੀ ਆ ਭਾਈ ਇਹ ਦੁਨੀਆ ਤੇ ਸੜਦੀ ਫਿਰਦੇ ਨੇ ਇੱਕ ਦੂਜੇ ਤੇ ਸੜ ਸੜ ਮਰ ਚੱਲੇ ਨੇ ਲੋਕ ਪਤਾ ਨਹੀਂ ਕੀ ਇੱਥੋਂ ਘੜੀ ਤੋਂ ਤਾਂ ਤੁਹਾਡਾ ਪਤਾ ਨਹੀਂ ਹੈਗਾ ਕਿਸੇ ਦਾ ਇੱਥੇ ਓਹ ਅਸਾ ਆਇਆ ਅਗਲਾ ਆਉਣਾ ਕਿ ਨਹੀਂ ਆਉਣਾ ਜੈ ਵੱਡੇ ਦਾ ਪੂਰਾ ਹੱਸ ਲਓ ਹੱਸ ਖੇਡ ਕੇ ਕੱਟ ਲਓ ਚਾਰ ਦਿਨ ਜ਼ਿੰਦਗੀ ਦੇ ਜਿਹੜੇ ਹੈਗੇ ਨੇ ਵਾਹ ਉਹਨੇ ਸੜੀ ਜਾਂਦੇ ਨੇ ਦੇਖ ਕੇ ਉਹ ਉਹਨੂੰ ਮਾਰੀ ਜਾਂਦਾ ਉਹਨੂੰ ਬੋਲੀ ਜਾਂਦਾ ਫਾਲਤੂ ਦੀਆਂ ਗੱਲਾਂ ਆ ਮੁੱਚ ਹੁਣੀ ਹੁਣੀ ਇੱਕ ਕਮੈਂਟ ਕਰ ਰਿਹਾ ਸੀ ਕਹਿੰਦਾ ਤੈਨੂੰ ਮੈਂਟਲ ਹੋਸਪਿਟਲ ਦੀ ਲੋੜ ਆ ਲੈ ਉਹ ਪਤਾ ਨਹੀਂ ਕੀ ਬਾਲਾ ਹੀ ਔਖਾ ਹੋਇਆ ਪਿਆ ਭਾਈ ਲੈ ਦੱਸ ਮੈਂ ਤਾਂ ਐਂ ਨਹੀਂ ਆ ਕੁੜੀ ਦੀਆਂ ਫੋਟੋਆਂ ਤੇ ਵੀ ਉਹਦੇ ਬਾਲ ਹੀ ਕਮੈਂਟ ਹੋਰ ਤਰ੍ਹਾਂ ਦੇ ਹੁੰਦੇ ਨੇ ਪਤਾ ਨਹੀਂ ਕੀ ਰੰਧਾਵਾ ਰੰਧੂਵਾ ਜਿਹਾ ਲਿਖੀ ਫਿਰਦਾ ਆਪਦੇ ਨਾਂ ਦੇ ਮਗਰ ਜੱਟਾਂ ਨੂੰ ਵੀ ਲਾਜ ਲਾਈ ਪਈ ਆ ਬਾਲਿਆਂ ਨੇ ਤਾਂ ਉਹ ਤਾਂ ਇੰਨੇ ਦਰਿਆਦਿਲ ਬੰਦੇ ਹੁੰਦੇ ਨੇ ਪਤਾ ਆਹ ਅਸੀਂ ਤਾਂ ਹੋਈ ਨੀ ਕਿਸੇ ਨੂੰ ਮਾੜਾ ਬੋਲਦੇ ਹੈਗੇ ਭਾਈ ਉਹ ਤਾਂ ਪਤਾ ਨਹੀਂ ਕਿੱਥੋਂ ਆ ਗਿਆ ਰੰਧਾਵਾ ਨਹੀਂ ਹੋਣਾ ਤੂੰ ਮੇਰੇ ਪੱਕੇ ਮੈਂ ਤੈਨੂੰ ਪੱਕਾ ਕਹਿ ਦਿੰਦੀ ਹਾਂ ਤੂੰ ਰੰਧਾਵਾ ਨਹੀਂ ਹੈਗਾ ਵੇ ਸੜਿਆ ਹੀ ਫਿਰ ਜਾਊਗਾ ਪਤਾ ਨਹੀਂ ਤੇਰਾ ਕੀ ਚੱਕ ਲਿਆ ਦੱਸ ਆ ਕੁੜੀ ਨੇ ਕੀ ਚੱਕ ਲਿਆ ਤੇਰਾ ਮੈਂ ਕੀ ਚੱਕ ਲਿਆ ਤੂੰ ਕੀ ਜਾਣਦਾ ਮੈਨੂੰ ਨਾਲੇ ਫਾਲਤੂ ਦੀਆਂ ਗੱਲਾਂ ਨੇ ਦੱਸ ਲਓ ਕਹਿੰਦਾ ਮੈਂਟਲ ਭਾਈ ਵਗ ਜੂਗਾ ਜਿਹਨੂੰ ਲੋੜ ਹੋਊਗੀ ਤੂੰ ਕਾਹਦੀ ਟੈਨਸ਼ਨ ਲਿੱਤੀ ਆ ਦੱਸ ਜੈ ਵੱਡੇ ਦੀ ਉਹ ਮੈਂਟਲ ਹੋਸਪਿਟਲ ਜਾਵੇ ਕੋਈ ਕਿੱਥੇ ਮਰਜ਼ੀ ਜਾਵੇ ਚਾਹੇ ਕੋਈ ਉਹ ਤੂੰ ਆਪਦਾ ਦੇਖ ਲਾ ਤੈਨੂੰ ਤਾਂ ਨਹੀਂ ਕਿਤੇ ਜ਼ਰੂਰਤ ਪੈਂਦੀ ਭਾਈ ਤੂੰ ਆਪਦਾ ਕਰਾ ਲਾ ਇਲਾਜ ਤੈਨੂੰ ਤਾਂ ਮੈਨੂੰ ਲੱਗਦਾ ਤੇਰਾ ਉਈਂ ਬੀਪੀ ਵਧਿਆ ਰਹਿੰਦਾ ਤੂੰ ਗੋਲੀ ਗੋਲੀ ਖਾ ਲਿਆ ਕਰ ਵੇ ਉਹ 24 ਘੰਟੇ ਸੜੇ ਸੜੇ ਕਮੈਂਟ ਆਈਆਂ ਕੁੜੀ ਦੀਆਂ ਪੋਸਟਾਂ ਤੇ ਵੀ ਹੁਣ ਜੇ ਇਹਨੇ ਮੈਨੂੰ ਲਾਈਵ ਕਰਤਾ ਲੈ ਮੇਰੇ ਤੇ ਵੀ ਲੱਗੀ ਜਾਂਦਾ ਬੈਠਾ ਦੱਸ ਲੈ ਵੀ ਤੇਰਾ ਕਿਹੜਾ ਸੀ ਚੱਕ ਲਿਆ ਜਾ ਕੇ ਘਰੋਂ ਕੁਛ ਭਾਈ ਉਹ ਹਰਦੀਪ ਸਿੰਘ ਕਹਿੰਦਾ ਇੱਕ ਪੁਰਾਣੀਆਂ ਬੁੜੀਆਂ ਵਾਲਾ ਅੰਦਾਜ਼ ਭੈਣੇ ਲਾਹੌਰ ਭਾਈ ਹੁਣ ਪੁਰਾਣੇ ਹੀ ਆ ਅਸੀਂ ਕਿੱਧਰੋਂ ਨਵੇਂ ਹੋ ਗਏ ਦੱਸ ਵੀਰੇ ਦੱਸ ਲੈ ਥੈਂਕ ਯੂ ਵੀਰੇ ਗੁਰਜਿੰਦਰ ਸਿੰਘ ਬਹੁਤ ਵਧੀਆ ਬੋਲਦੇ ਹੋ ਜੀ ਥੈਂਕ ਯੂ ਵੀਰੇ ਥੈਂਕ ਯੂ ਇਹ ਤਾਂ ਵਿੱਚ ਤਾਂ ਉਈਆਂ ਮੱਚੀ ਜਾਂਦੇ ਨੇ ਬਾਹਲੇ ਤਾਂ ਉਹ ਕਹਿੰਦਾ ਮੈਂਟਲ ਹੋਸਪਿਟਲ ਵਗ ਜਾਓ ਦੱਸ ਲੈ ਵੀ ਜਿਹਨੂੰ ਜਿਹੜੀ ਚੀਜ਼ ਦੀ ਲੋੜ ਹੋਊ ਅਗਲਾ ਆਪੇ ਦਵਾਈਆਂ ਅੱਜ ਕੱਲ੍ਹ ਖਾਈ ਜਾਂਦੇ ਨੇ ਸਾਰੇ ਥੱਬਾ ਖਾਂਦੇ ਨੇ ਗੋਲੀਆਂ ਦਾ ਤੂੰ ਤਾਂ ਮੈਨੂੰ ਲੱਗਦਾ ਵੀਰੇ ਵਾਲੀ ਹੀ ਖਾਂਦਾ ਤੈਨੂੰ ਤਾਂ ਵਾਲੀ ਟੈਨਸ਼ਨ ਹੁੰਦੀ ਆ ਉਈਆਂ ਲੋਕਾਂ ਦੀ ਫਾਲਤੂ ਮੇਰੀ ਤਾਂ ਤੂੰ ਵਾਲੀ ਚੱਕੀ ਫਿਰਦਾ ਟੈਨਸ਼ਨ ਹਰੇਕ ਗੱਲ ਦੀ ਤਾਂ ਤੈਨੂੰ ਉਈਆਂ ਹੋ ਜਾਂਦੀ ਆ ਮੈਂ ਤਾਂ ਤੈਨੂੰ ਇੱਕ ਬਲੌਕ ਨਹੀਂ ਕਰਦੀ ਹੈਗੀ ਕੋਈ ਗੱਲ ਨਹੀਂ ਤੂੰ ਆਪਦਾ ਮਜ਼ਾ ਲੈ ਘਰ ਇੰਜੋਏਮੈਂਟ ਤੂੰ ਮੇਰੇ ਪੋਸਟਾਂ ਦੇਖ ਦੇਖ ਤੈਨੂੰ ਮੌਕਾ ਮਿਲਦਾ ਵੀਰੇ ਪੜਾਸ ਕੱਢਣ ਦਾ ਤੂੰ ਕੱਢ ਲਿਆ ਕਰ ਕੋਈ ਗੱਲ ਨਹੀਂ ਹੈਗੀ ਮੈਨੂੰ ਤਾਂ ਕੋਈ ਫਿਕਰ ਨਹੀਂ ਹੈਗਾ ਕੀ ਗੱਲ ਹੈ ਤੁਸੀਂ ਜਮਾਂ ਦੇਸੀ ਬਣ ਜਾਂਦੇ ਹੋ ਕਹਿੰਦੇ ਪਰ ਦੇਸੀ ਹੈ ਹੀ ਨਹੀਂ ਬੂ ਮੈਂ ਮਰ ਜਾ ਨਹੀਂ ਭੈਣੇ ਲੱਗਦਾ ਸਾਰੇ ਅੰਦਾਜ਼ੇ ਲਾ ਜਾਂਦੇ ਹੋ ਭਾਈ ਤੁਸੀਂ ਤਾਂ ਬਾਹਲੇ ਹੀ ਜੱਜ ਹੋ ਸੱਚੀ ਆ ਕੁੜੀ ਤਾਂ ਸੱਚੀ ਜੱਜ ਕਹਿੰਦੀ ਹੁੰਦੀ ਆ ਤਾਂ ਹੀ ਤੁਹਾਨੂੰ ਫੇਸਬੁੱਕ ਵਾਲਿਆਂ ਨੂੰ ਕਹਿੰਦੀ ਤਾਂ ਬਾਹਲੇ ਜੱਜ ਨੇ ਕਹਿੰਦੀ ਹਰੇਕ ਗੱਲ ਨੂੰ ਜੱਜ ਕਰ ਲੈਂਦੇ ਨੇ ਕਹਿੰਦਾ ਚਾਹ ਠੰਡੀ ਹੋ ਜੂ ਭੈਣੇ ਵੀਰੇ ਹੋ ਗਈ ਇਹ ਤਾਂ ਹੁਣ ਜੈ ਵੱਡੀ ਹੁਣ ਠੰਡੀ ਹੈ ਪੀਣੀ ਪੈਣੀ ਆ ਕੀ ਕਰੀਏ ਖਰਚ ਹੋਣ ਮਰਜ਼ੀ ਚਾਹ ਪੀ ਲੈਂਦੋ ਮੈਨੂੰ ਪਹਿਲਾਂ ਠੰਡੀ ਹੋ ਗਈ ਹੁਣ ਠੰਡੀ ਤਾਂ ਭੋਰਾ ਨਹੀਂ ਵਧੀਆ ਲੱਗਦੀ ਹੈਗੀ ਹੋਰ ਕਿੱਥੇ ਜਿੰਨਾ ਚਿਰ ਢਿੱਡ ਨਾ ਸੜੇ ਢਾ ਜਾਣਾ ਪੀਂਦਿਆਂ ਦਾ ਪਤਾ ਨਾ ਲੱਗੇ ਭੋਰਾ ਉਹਨਾਂ ਚਿਰ ਕਿੱਥੇ ਇਹਦਾ ਮਜ਼ਾ ਆਉਂਦਾ ਚਾਹ ਪੀਣ ਦਾ ਨੀ ਕੁੜੇ ਆ ਜਾ ਹੁਣ ਭਾਈ ਮੈਨੂੰ ਇੱਥੇ ਫਸਾਤਾ ਉਹ ਤਾਂ ਤੇਰਾ ਬੰਨ ਸਮੰਨਾ ਬੋਲੀ ਜਾਂਦੇ ਨੇ ਵਿੱਚ ਲੱਗਦੇ ਵਾਹ ਪਤਾ ਨਹੀਂ ਕਿੰਨੇ ਕੁ ਇਕੱਠੇ ਲੋਕ ਉਹਨੇ ਵਿੱਚ ਪਤਾ ਨਹੀਂ ਕੀ ਕੀ ਬੋਲੀ ਜਾਂਦੇ ਨੇ ਮੁੰਡਾ ਅੱਧੇ ਨਾਲ ਤਾਂ ਤੂੰ ਮੈਨੂੰ ਲੜਾ ਦੇਗੀ ਇੱਥੇ ਆ ਜਾ ਆਪਦਾ ਆਪਦੇ ਆਪੇ ਦੇਖ ਇਹਨਾਂ ਨੂੰ ਆਣ ਕੇ ਆ ਜਾ ਉੱਠ ਕੇ ਕਿਹੜੇ ਤੂੰ ਹੁਣ ਕੀ ਬਣਾਉਣ ਲੱਗ ਗਈ ਕੁੜੇ ਆ ਜਾ ਛਿੰਦਾ ਭੁੱਲਰ ਕਹਿੰਦਾ ਮੈਡਮ ਆਪਣਾ ਗਰੁੱਪ ਆ ਭੁੱਲਰ ਕਲੀਨਿਕ ਨਾਮ ਬੋਲੋ ਜੀ ਹੈਲਥ ਲਈ ਪੋਸਟ ਪਾਈ ਦੀ ਆ ਜੀ
हाँ भीरे बहुत लोड़ा लोगों को लाज दी तो आ देख ला बिच किवें किवें दे कमेंट करते हैं इन्हों तो बाली लोड़ आ बिच जो गलत बोली जाते उन्हें बेवजह ही बीपी बधाई फिरते ने आपका जै बड़े डीजे सिद्धू रैकोट पक्की गल आ कादी भाई मैं तो पता नहीं तेरा भाई की बोलना भीरे पक्की गल कादी करदा तू बीरबल ढिलों नाइस जी थैंक यू बरे धन्यवाद तेरा थैंक यू तो मैनू कहना आउंदा सिख ली इन्नी क अंग्रेजी मैं शटअप भी कह लैनी हाँ थैंक यू भी शटअप भी आउंदा कहना मैनू जे ज्यादा तंग करते कोई शटअप कर दिनी हुन्नी मैं ले भैन चाह का गिलास तो हो गया खाली ढह जानी ठंडी हो गई। गुरजिंदर सिंह कहिंदा कोई फिल्म तैयार करो मैडम जी ਲੈ ਭਾਈ ਇੱਥੇ ਤਾਂ ਰੀਲਾਂ ਦੇਖਦੇ ਕਿ ਮੱਚੀ ਜਾਂਦੇ ਨੇ ਲੋਕ ਹੈਂ ਦੱਸ ਫਿਲਮ ਕਿੱਥੋਂ ਤਿਆਰ ਕਰਦੀ ਹੈ ਫਿਲਮ ਦੇਖ ਕੇ ਤਾਂ ਹੋਈਆਂ ਅੱਗੇ ਲੱਗ ਜਾਣੀ ਆ ਤਾਂ ਜਿਹੜੇ ਮਾੜੇ ਮੋਟੇ ਸੜਦੇ ਬਲਦੇ ਤੁਰੇ ਫਿਰਦੇ ਨੇ ਤਾਂ ਦਿਖਣ ਨੂੰ ਹੀ ਹਟ ਜਾਣਗੇ ਸਵਾਹ ਹੀ ਹੋ ਜਾਣੀ ਆ। ਅਵਤਾਰ ਸੋਨੀ ਬਹੁਤ ਘੈਂਟ ਐਕਟਿੰਗ ਕਰਦੇ ਹੋ ਤੁਸੀਂ ਲੈ ਭਾਈ ਥੈਂਕ ਯੂ ਵੀਰੇ ਤੂੰ ਤਾਂ ਮੇਰੀ ਤਾਰੀਫ ਕੀਤੀ ਹੈ ਹੈਂ ਦੱਸ ਭਾਈ ਤਾਂ ਕਦੇ ਕਦੇ ਕਰਦੇ ਨੇ ਕੋਈ ਸਾਰੇ ਜੈ ਵੱਡੇ ਉਨੀ ਤਾਂ ਉਹੀ ਮੱਚੀ ਜਾਂਦੀ ਹੈ ਦੁਨੀਆ ਦੇਖ ਦੇਖ ਹੀ ਦੂਜਾ ਦੂਜੇ ਨੂੰ। ਨਰਿੰਦਰ ਰੰਧਾਵਾ ਕਨੇਡਾ ਕਦੋਂ ਆਉਣਾ ਲੈ ਭਾਈ ਤੂੰ ਤਾਂ ਉਈ ਮੈਂਟਲ ਹੋਸਪਿਟਲ 'ਚ ਲੈ ਜਾਏਗਾ ਵਾਹ ਤੁਹਾਡੇ ਕੋਲ ਤਾਂ ਉਈ ਨਹੀਂ ਆਉਂਦੇ ਹੈਗੇ ਤੇਰੇ ਸਾਰੇ ਕਮੈਂਟ ਤਾਂ ਤੇਰੇ ਸੜੇ ਹੋਏ ਹੁੰਦੇ ਨੇ ਮੇਰੀਆਂ ਪੋਸਟਾਂ 'ਤੇ ਵਾਹ ਆ ਕੁੜੀ ਪਾ ਦਿੰਦੀ ਹੈਗੀ ਚੱਕ ਕੇ ਆ ਕੇ ਜੀਤ ਤੂੰ ਤਾਂ ਉਈ ਸਾਰਾ ਦਿਨ ਇਹੋ ਜਿਹਾ ਕਮੈਂਟ ਕਰਦਾ ਰਹਿੰਦਾ ਤੇਰੇ ਤਾਂ ਉਈ ਤੇਰੇ ਤੁਹਾਡੇ ਕੋਲ ਅਸੀਂ ਕਨੇਡਾ ਆਵਾਂਗੇ ਕਦੇ ਵੀ ਨਹੀਂ ਆਉਂਦੇ ਇਸ ਤਾਂ ਅਸੀਂ ਤਾਂ ਉਰੀ ਠੀਕ ਹਾਂ ਆਪਣੇ ਪੰਜਾਬ 'ਚ। ਲੈ ਜੱਸੀ ਨੇ ਕਰਤਾ ਇਹਨੂੰ ਤਾਂ ਰਿਪਲਾਈ ਇਹਨੂੰ ਤਾਂ ਮੈਂ ਹੀ ਬਹੁਤ ਕੁਝ ਬੋਲ ਗਈ ਤੇ ਤਾਂ ਰਾਤ ਨੂੰ ਗੋਲੀ ਖਾ ਕੇ ਸੋਊਂਗਾ ਅੱਜ ਕੀ ਕਹਿੰਦੇ ਜੱਸੀ ਕਹਿੰਦੇ ਭਰਾਵਾ ਜੇ ਤੈਨੂੰ ਨਹੀਂ ਚੰਗਾ ਲੱਗ ਰਿਹਾ ਨਾ ਦੇਖ ਇਹ ਨਾ ਹੋਵੇ ਰੱਬ ਨੇ ਜੇ ਕਿਤੇ ਤੈਨੂੰ ਹੀ ਮੈਂਟਲ ਹੋਸਪਿਟਲ ਭੇਜ ਤਾ ਕਹਿੰਦੀ ਸ਼ਰਮ ਕਰਿਆ ਕਰੋ ਸ਼ਰਮਾ ਸੁਰਮਾ ਤਾਂ ਇਹ ਲਾ ਕੇ ਟੰਗੀ ਫਿਰਦੇ ਨੇ ਤਾਂ ਘਰੇ ਲੜ ਕੇ ਆਉਂਦੇ ਨੇ ਜੈ ਵੱਡੇ ਮੌਕਾ ਦੇਖਦੇ ਨੇ ਕਿੱਥੇ ਪੜਾਸ ਕੱਢੀਏ ਘਰੇ ਤਾਂ ਕੋਈ ਪੁੱਛਦਾ ਨੀ ਇਹਨਾਂ ਨੂੰ ਸਬਜ਼ੀ ਵੀ ਨੀ ਪੁੱਛ ਕੇ ਧਰਦੇ ਇਹਨਾਂ ਨੂੰ ਘਰੇ ਤਾਂ ਜਿੱਦਣ ਪੁੱਛ ਲਈ ਇਹਨਾਂ ਦੀ ਤਾਂ ਪੂਰੀ ਇੱਜ਼ਤ ਮਾਣ ਹੋ ਜਾਣਾ ਉਦਣ ਤੂੰ ਐ ਸਮਝ ਲਈ ਬਸ ਕਾਕੂ ਹੀਰਾ ਵੀ ਆ ਗਏ ਸਿੰਗਰ ਨੇ ਵੀ ਕਹਿੰਦੇ ਕੀ ਹਾਲ ਆ ਨੇ ਜੀ ਮੈਂ ਦੇਖਦੀ ਹੁੰਦੀ ਹਾਂ ਤੇਰੀਆਂ ਵੀ ਪੋਸਟਾਂ ਭਾਈ ਕਾਕੂ ਵਧੀਆ ਤੂੰ ਵੀ ਵਧੀਆ ਗਾਉਣਾ ਭਾਈ ਮੈਂ ਇੱਕ ਦਿਨ ਤੈਨੂੰ ਗਾਉਂਦੇ ਨੂੰ ਵੀ ਦੇਖਿਆ ਸੀ। ਜਸਪਾਲ ਸਿੰਘ ਜਸਪਾਲ ਮੇਰਾ ਕਮੈਂਟ ਵੀ ਪੜ੍ਹ ਲਓ ਜੀ ਹਾਂ ਹਾਂ ਭਾਈ ਵੀ ਪੜ੍ਹੀ ਜਾਂਦੀ ਹਾਂ ਮੈਂ ਕਿਤੇ ਲੈਬ ਹੁੰਦੀ ਹਾਂ ਭਾਈ ਹਾਂ ਤੁਸੀਂ ਤਾਂ ਐਂ ਕਰਦੇ ਹੋ ਮੈਂ ਤਾਂ ਆਊਂ ਅੱਜ ਆਹ ਕੁੜੀ ਨੇ ਬਿਠਾਤੀ ਇੱਥੇ ਫਿਰ ਵੀ ਮੈਂ ਤਾਂ ਤੁਹਾਡੇ ਇੰਨੇ ਕਮੈਂਟ ਪੜ੍ਹਤੇ ਸਭ ਦੇ ਉਈ ਧੰਨਵਾਦ ਤਾਂ ਕੀ ਕਰਨਾ ਗਾ ਉਹ ਲਾ ਮੈਂਟਲ ਹੋਸਪਿਟਲ ਪਹੁੰਚਾਈ ਜਾਂਦਾ ਮੈਨੂੰ ਜੋ ਕਰਦੇ ਨਾ ਹੁਣ ਤਾਂ ਉਈ ਪੜ੍ਹੀ ਤਾਂ ਜਾਂਦੀ ਹਾਂ ਤੁਹਾਡੇ ਸਾਰਿਆਂ ਦੇ ਕਮੈਂਟ ਮੈਂ ਹੁਣ ਜਿੰਨੇ ਮੇਰੇ ਤੋਂ ਪੜ੍ਹੇ ਜਾਂਦੇ ਨੇ ਮੈਂ ਕਿਤੇ ਹੁਣ ਹੌਲੀ ਹੌਲੀ ਸਿੱਖਦੀ ਮੈਂ ਹੁਣ ਆਪਦੀ ਆਈ ਡੀ ਬਣਾਊ ਕੋਈ ਨਾ ਫਿਰ ਮੈਨੂੰ ਫੋਲੋ ਕਰਿਓ ਤੁਸੀਂ ਸਾਰੇ ਚੰਗਾ ਮੈਂ ਤਾਂ ਫਿਰ ਆਪਦੀ ਆਈ ਡੀ ਤੇ ਲੈਬ ਹੋਇਆ ਕਰੂੰ ਫਿਰ ਮੈਂ ਕਹਤੇ ਤਾਂ ਗੱਲਾਂ ਹੀ ਬਹੁਤ ਵਧੀਆ ਵੱਜਦੀਆਂ ਨੇ ਵੇਦੇ ਤੇ ਤਾਂ ਜੈ ਵੱਡੀਆਂ ਬਾਲਾ ਹੀ ਢਿੱਡ ਹੌਲਾ ਹੋ ਗਿਆ ਮੇਰਾ ਤਾਂ ਤੁਹਾਡੇ ਨਾਲ ਗੱਲਾਂ ਮਾਰ ਕੇ ਲੈ ਇੱਕ ਕਹਿੰਦਾ ਕਿਹੜੇ ਕੰਮਾਂ ਚ ਪੈ ਗਈ ਲੈ ਦੱਸ ਵੀ ਪਾਦੇ ਕੰਮ ਨੀ ਭਾਈ ਹੱਸ ਲਓ ਘੜੀ ਦੋ ਮਿੰਟ ਵੀ ਕੰਮਾਂ ਨੂੰ ਕੀ ਹੋ ਗਿਆ ਦੱਸ ਹੈ ਅਸੀਂ ਕਿੱਥੋਂ ਗਾਉਂਦੇ ਹੋਈ ਤੂੰ ਤਾਂ ਭਾਈ ਉਹਨਾਂ ਦੇ ਕਿੰਨੇ ਕਿੰਨੇ ਮਿਲੀਅਨਾਂ 'ਚ ਵਿਊ ਕਰ ਦਿੰਦੀ ਹੋ ਜਿਹੜੇ ਮੁਜਰੇ ਕਰ ਦਿਖਾਉਂਦੀਆਂ ਨੇ ਤੁਹਾਨੂੰ ਹਾਂ ਦੱਸ ਚੰਗੇ ਵੇਲੇ ਤਾਂ ਬੈਠਿਆਂ ਸਿਰ ਢੱਕ ਕੇ ਗੱਲਾਂ ਮਾਰਦੇ ਆ ਤੁਹਾਡੇ ਨਾਲ ਦੱਸ ਇੰਨੀਆਂ ਵਧੀਆ ਉਈ ਕੰਮਾਂ ਨੂੰ ਦੱਸ ਕੀ ਹੋ ਗਿਆ ਆਵਾ ਉਈ ਆਪਦੀ ਪੜਾਸ ਕੱਢਣ ਲੱਗ ਗਏ ਲੈ ਦੱਸ ਸਾਰੇ ਤੁਸੀਂ ਤਾਂ ਭਰੇ ਪੀਤੇ ਫਿਰਦੇ ਹੋ ਭਾਈ ਉਈ ਮੇਰੇ ਤੋਂ ਹੀ ਲੱਗ ਗਏ ਦੱਸ ਲੈ ਕੋਈ ਗੱਲਾਂ ਨੇ ਇਹ ਸਿੱਧੂ ਸਾਹਿਬ ਸਿੱਧੂ ਕਹਿੰਦਾ ਭੈਣੇ ਬੋਲਦੇ ਘੈਂਟੋ ਬੇ ਵੀਰੇ ਧੰਨਵਾਦ ਉਈ ਸਾਰਿਆਂ ਨੂੰ ਮਾੜਾ ਮੋਟਾ ਜਵਾਬ ਜ਼ਰੂਰ ਦੇ ਦਿਆ ਕਰੋ ਦੇਖੇ ਕਿਵੇਂ ਬੋਲਦੇ ਨੇਗੇ ਉਈ ਦੁਖੀ ਹੋਏ ਫਿਰਦੇ ਨੇ ਵਿਚਾਰੇ ਵਿੱਚ ਵੱਜਦੇ ਫਿਰਦੇ ਨੇਗੇ ਕਿਤੇ ਇਹਨਾਂ ਦੀ ਕੋਈ ਸੁਣਨ ਵਾਲਾ ਹੀ ਨਹੀਂ ਹੈਗਾ ਫੇਸਬੁੱਕ ਤੇ ਲੱਭਦੇ ਨੇ ਵੀ ਕਿਹਦੇ ਤੇ ਜਾ ਕੇ ਬੋਲੀਏ ਅਸੀਂ ਦੇਖੀ ਕੋਈ ਵਧੀਆ ਗੱਲਾਂ ਹੁੰਦੀਆਂ ਨੇ ਇਹ ਦੱਸ ਉਈ ਉਹ ਜਿਹੜੀਆਂ ਉਈ ਛੋਟੇ ਛੋਟੇ ਜਿਹੇ ਕੱਪੜੇ ਪਾਪਾ ਕਿਉਂ ਨੰਗੀਆਂ ਜੀਆਂ ਉਹ ਫਿਰੀ ਜਾਂਦੀਆਂ ਨੇ ਨੱਚਦੀਆਂ ਉਹਨਾਂ ਨੂੰ ਵੱਡਿਆਂ ਲਾਇਕ ਵੀ ਕਰਨਗੇ ਸ਼ੇਅਰ ਵੀ ਕਰਨਗੇ ਸਭ ਕੁਛ ਕਰਨਗੇ ਉਹਨਾਂ ਦਾ ਅਸੀਂ ਤੁਹਾਨੂੰ ਇੰਨੀਆਂ ਵਧੀਆ ਗੱਲਾਂ ਸੁਣਾਉਂਦੇ ਹਾਂ ਦੇਖੀ ਇੰਨਾ ਤੁਹਾਡਾ ਮਨੋਰੰਜਨ ਕਰਦੇ ਹਾਂ ਖੁਸ਼ ਹੋ ਲਿਆ ਕਰੋ ਭੋਰਾ ਹੱਸ ਲਿਆ ਕਰੋ ਜੈ ਵੱਡੇ ਨਾ ਹੁਣ ਤਾਂ ਖੂਨ ਵੱਧ ਜੂ ਭੋਰਾ ਤੁਹਾਡਾ
राम सिद्धू सत श्री अकाल जी, होर ठीक हो? हां हां भीर ठीक हां। ਉਹੀ ਵਿੱਚ ਖੂਨ ਸਾੜੀ ਜਾਂਦੇ ਨੇ ਲੋਕ ਆ ਕੇ, ਬੀਪੀ ਮੇਰਾ ਬਦਨ ਲਾ ਦਿੰਦੇ ਨੇ ਐ ਬੋਲ ਕੇ। ਤੇ ਭਾਈ ਤੂੰ ਬਾਲਾ ਅੱਖਾਂ ਤੂੰ ਵਗ ਜਾ, ਘਰੇ ਜਾ ਕੇ ਸੌਂ ਸੂ ਲੈ ਵੇ, ਕਿਹੜਾ ਤੂੰ ਰੰਧਾਵਿਆ। ਹਾਂ ਦਿਮਾਗ ਖਾਧਾ ਕਿੱਥੇ, ਹੋਰ ਹੀ ਕੁਛ ਬੋਲੀ ਜਾਂਦਾ ਤੈਨੂੰ। ਮੈਨੂੰ ਲੱਗਦਾ ਤੈਨੂੰ ਤਾਂ ਕੋਈ ਪੁੱਛਦਾ ਹੀ ਨਹੀਂ, ਤਾਂ ਹੀ ਤਾਂ ਤੂੰ ਮੇਰੇ ਲੈਵ ਤੇ ਆਇਆ ਬੈਠਾਂਗਾ। ਵਗ ਜਾ ਫਿਰ ਛੱਡ ਕੇ, ਕਾਹਤੇ ਤੂੰ ਵਿੱਚ ਨਾਲੇ ਦੇਖੀ ਜਾਂਦਾ, ਨਾਲੇ ਤੂੰ ਵਿੱਚੋਂ ਨਾਲੇ ਤੂੰ ਇੰਨਾ ਦੁਖੀ ਹੋ ਕੇ ਕਮੈਂਟ ਲਿਖ ਰਿਹਾ, ਇੰਨੀ ਆਪਦੀ ਐਨਰਜੀ ਵੇਸਟ ਕਰ ਰਿਹਾ ਤੂੰ। ਕਹੇ ਜੇ ਲੋਕ ਬਣਾਏ ਨੇ ਰੱਬ ਨੇ। ਹਰਦੀਪ ਸਿੰਘ ਕਹਿੰਦੇ ਰੁਪਿੰਦਰ ਰੂਪੀ ਵਰਗੀ ਐਕਟਿੰਗ ਦੱਬੀ ਚੱਲੋ ਭੈਣ ਜੀ। ਵੀ ਭਾਈ ਉਸ ਤਾਂ ਨੋਰਮਲ ਗੱਲਾਂ ਮਾਰਦੇ ਆ ਉਵੇਂ। ਥੈਂਕ ਯੂ ਭਾਈ ਵੀਰੇ, ਤੈਨੂੰ ਜੇ ਵਧੀਆ ਲੱਗੀ ਹੈ ਨਾ, ਧੰਨਵਾਦ ਤੇਰਾ ਬਹੁਤ ਬਹੁਤ ਵੀਰੇ। ਉਵੇਂ ਤਾਂ ਮੈਨੂੰ ਇੰਨਾ ਨੀ ਦੇਖੀ, ਉਂਕਲ ਪਾਇਆ ਪਹਿਲਾਂ ਤੇਰੇ ਨਾਲ ਵੀ ਗੁੱਸੇ ਨਾਲ ਬੋਲੀ ਜਾਂਦੇ, ਤੂੰ ਤਾਂ ਮੇਰੀ ਇੰਨੀ ਤਾਰੀਫ ਕੀਤੀ ਆ। ਹਾਏ ਥੈਂਕ ਯੂ ਵੀਰੇ, ਤੇਰਾ ਬਾਲਾ ਹੀ ਧੰਨਵਾਦ ਹੈ। ਜਸਪਾਲ ਸਿੰਘ, ਜਸਪਾਲ ਤੁਸੀਂ ਮੇਰੀ ਦਾਦੀ ਵਾਂਗੂ ਗੱਲਾਂ ਕਰਦੇ ਹੋ ਜਮਾ। ਠੀਕ ਆ ਵੀਰੇ, ਧੰਨਵਾਦ ਤੇਰਾ, ਤੁਸੀਂ ਮੈਨੂੰ ਆਪਣੀ ਦਾਦੀ ਵੀ ਸਮਝੋ, ਕੋਈ ਗੱਲ ਨੀ। ਸਿੰਦਾ ਭੁੱਲਰ, ਤੁਸੀਂ ਕਿਸੇ ਨਾਲੋਂ ਘੱਟ ਹੋ, ਪੰਜਾਬ ਦਾ ਸ਼ਿੰਗਾਰ ਹੋ ਤੁਸੀਂ। ਲੈ ਲੈ ਸੱਚੀ ਗੱਲ ਹੈ ਇਹ ਭਾਈ, ਤੂੰ ਤਾਂ ਮੈਨੂੰ ਵਾਲੀ ਹੀ ਕੁਛ ਕਰਤਾ ਇੰਨੀ ਗੱਲ ਕਹਿ ਕੇ। ਗੁਰਜਿੰਦਰ ਕਹਿੰਦਾ ਦਾਣੇ ਚਾਬਲੀਏ ਰੁਮਾਲ ਵਿਸਾ ਕੇ ਸਰਦਿਆਂ ਨੂੰ ਸੜ ਲੈਣ ਦੋ। ਹਾਂ ਆਹ ਤਾਂ ਵਾਲੀ ਵਧੀਆ ਗੱਲ ਕੀਤੀ ਆ ਭਾਈ, ਸੱਚੀ ਗੱਲ ਹੈ ਤੈਨੂੰ। ਮੈਂ ਤਾਂ ਆਪ ਪ੍ਰਭਾ ਪ੍ਰਭੂ ਘੱਟੇ ਕਰਦੀ ਹਾਂ, ਮੈਂ ਤਾਂ ਜਿਹੜਾ ਮੱਚਦਾ ਮੱਚੀ ਜਾਵੇ, ਇੱਥੇ ਇੰਨੀ ਟੈਨਸ਼ਨ ਲੈ ਕੇ ਤਾਂ ਉਹੀ ਮਰ ਜਾਵਾਂਗੇ ਜੈ ਵੱਡੀ, ਫਿਰ ਤਾਂ ਰੋਟੀ ਵੀ ਨੀ ਲੰਘਣੀ ਬੁਰਕੀ। ਚਾਰੇ ਪਾਸੇ ਸੜਨ ਵਾਲੀ ਨੇ, ਇੱਥੇ ਕਿਹੜਾ ਖੁਸ਼ ਹੁੰਦਾ ਦੇਖ ਕੇ ਕਿਸੇ ਨੂੰ। ਕੋਈ ਕੋਈ ਨੀ ਰੋਂਦਾ ਰੋਂਦਿਆਂ ਦੇ ਨਾਲ ਵੀਰੇ, ਮੈਂ ਤਾਂ ਬਾਲਾ ਦੇਖਿਆ, ਹੁਣ ਤੂੰ ਮੈਨੂੰ ਇਮੋਸ਼ਨਲ ਨਾ ਕਰ। ਮੈਂ ਤਾਂ ਝੱਟ ਇਮੋਸ਼ਨਲ ਹੋ ਜਾਂਦੀ ਹਾਂ। ਅੱਛਾ ਰੋਂਦਿਆਂ ਨਾਲ ਕਿਹੜਾ ਰੋਂਦਾ, ਹੱਸਦਿਆਂ ਤਾਂ ਘੜੀ ਹੱਸ ਲੂਗਾ ਕੋਈ ਤੁਹਾਡੇ ਨਾਲ। ਉਹਲਾ ਉਵੇਂ ਵਗ ਜਾਂਦਾ, ਉਹਦਾ ਤਾਂ ਰੋਜ਼ ਦਾ ਹੀ ਕੰਮ ਹੈ ਇਹਦਾ, ਜਦ ਦੇਖੋ ਰੋਂਦੀ ਦੀ ਰੋਂਦੀ, ਸੱਚੀ ਗੱਲ ਆ। ਹਰਦੀਪ ਸਿੰਘ ਕਹਿੰਦਾ ਤੁਹਾਡਾ ਵੀ ਧੰਨਵਾਦ ਭੈਣ ਜੀ। ਥੈਂਕ ਯੂ ਵੀਰੇ, ਬਹੁਤ ਬਹੁਤ ਧੰਨਵਾਦ ਤੁਹਾਡਾ। ਲਿਰਿਕਸ ਲੱਕੀ ਬਨੂੜ, ਬਹੁਤ ਵਧੀਆ ਬੋਲਦੀ ਕੁੜੇ, ਧੰਨਵਾਦ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ, ਸਾਰਿਆਂ ਦਾ ਧੰਨਵਾਦ। ਤੁਸੀਂ ਬਹੁਤ ਵਧੀਆ ਸਾਰੇ ਕਮੈਂਟ ਕਰ ਰਹੇ ਹੋ, ਮੈਨੂੰ ਤਾਂ ਕੁੜੀ ਨੇ ਅੱਜ ਦਿਖਾਤੀ ਫੇਸਬੁੱਕ, ਦੱਸ ਲੈ ਭਾਈ ਐਂ ਵੀ ਹੁੰਦਾ ਹੁੰਦਾ ਹੈ, ਇੰਨੀਆਂ ਗੱਲਾਂ ਮਾਰਦੇ ਨੇ ਸਾਰੇ, ਅਤੇ ਤਾਂ ਸਾਰੇ ਵਧੀਆ ਗੱਲਾਂ ਮਾਰਦੇ ਹੋ ਤੁਸੀਂ ਭਾਈ, ਇੱਕ ਦੋ ਹੀ ਨੇ ਬਸ ਤਾਂ ਉਈ ਹੁੰਦੇ ਹੀ ਨੇ, ਸਾਰੇ ਕਿਤੇ ਇਹੋ ਜਿਹੇ ਲੋਕ, ਹਰੇਕ ਪਿੰਡ 'ਚ ਵੀ ਹੁੰਦੇ ਨੇ, ਸਾਰੇ ਪਿੰਡਾਂ 'ਚ ਮੈਂ ਦੇਖਿਆ, ਸਾਡੇ ਵੀ ਹੈਗੇ ਨੇ ਇਹੋ ਜਿਹੇ, ਉਈ ਵਿੱਚ ਵੱਜੀ ਜਾਣਗੇ ਧੱਕੇ ਨਾਲ, ਪੁੱਸੇ ਨਾ ਕੋਈ ਗਿੱਸੇ ਨਾ ਇਹਨਾਂ ਨੂੰ, ਉਹ ਆਕਰੇ ਤਾਂ ਇਹਨਾਂ ਨੂੰ ਜਮੀ ਨਹੀਂ ਪੁੱਛਦੇ। ਫਿਰ ਬਾਹਰੇ ਵਗ ਜਾਂਦੇ ਨੇ, ਬਾਹਰੇ ਫਿਰ ਉੱਥੇ ਕਈ ਮੋੜਾਂ ਤੇ ਬਹਿ ਕੇ ਫਿਰ ਆਪਦੀ ਪੜਾਸ ਕੱਢਦੇ ਨੇ। ਹੁਣ ਅੱਜ ਕੱਲ੍ਹ ਇਹਨਾਂ ਦੇ ਮੋੜਾਂ ਤੇ ਤਾਂ ਕੋਈ ਬੈਠਾ ਮਿਲਦਾ ਹੀ ਨਹੀਂ, ਹੁਣ ਲੋਕੀ ਸਾਰੇ ਫੋਨਾਂ 'ਚ ਬਿਜੀ ਨੇ, ਹੁਣ ਫੋਨਾਂ ਤੇ ਪੜਾਸ ਕੱਢਦੇ ਨੇ ਆਪਦੀ। ਮੈਂ ਦੇਖਿਆ, ਮੈਂ ਤਾਂ ਸਾਰਾ ਹਿਸਾਬ ਲਾਇਆ ਮੈਂ ਇਹਨਾਂ ਦਾ। ਅਮਰੀਕ ਸਿੰਘ ਕਹਿੰਦੇ ਲੱਗੇ ਰਹੋ। ਹਾਂਜੀ ਹਾਂਜੀ ਲੱਗੇ ਹੋਏ ਆ, ਆਪਾਂ ਤਾਂ ਪਰਵਾਹ ਨਹੀਂ ਮੰਨਦੇ ਹੈਗੇ, ਐਂ ਤਾਂ ਬਸ ਉਹ ਪਰਮਾਤਮਾ ਤੋਂ ਡਰਦੇ ਆ ਆਪਾਂ, ਬੰਦਿਆਂ ਬੁੰਦਿਆਂ ਨੂੰ ਕੀ ਸਮਝਦੇ ਹਾਂ, ਬੋਲੀ ਜਾਣ ਦੋ ਕੀ ਬੋਲਦੇ ਨੇ ਇਹ। ਬੂਟਾ ਸਿੰਘ ਵੈਰੀ ਵੈਰੀ ਗੁੱਡ, ਧੰਨਵਾਦ ਵੀਰੇ। ਸਿੰਦਾ ਭੁੱਲਰ ਦੇਸੀ ਜੱਟੀ ਆ ਤੁਸੀਂ, ਪਿੰਡਾਂ 'ਚ ਤਾਂ ਫਿਰ ਪਲਿਆਂ ਵੀਰੇ, ਦੇਸੀ ਤਾਂ ਹੈਗੇ ਹੀ ਹਾਂ ਹੁਣ ਅਸੀਂ, ਹੈ ਦੱਸ ਕੀ ਕਰੀਏ। ਜਗਸੀਰ ਮਾਨ ਐਕਟਿੰਗ ਬਹੁਤ ਵਧੀਆ ਜੀ, ਧੰਨਵਾਦ ਵੀਰੇ, ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਮੇਰਾ ਹੁਣ ਥੋੜੇ ਦਿਨਾਂ ਤੱਕ ਉਹਦਾ ਇਹ ਤਾਂ ਆਪਣੀ ਕੀ ਹੈ ਕੁੜੀ ਨੇ ਮੈਨੂੰ ਹੁਣ ਦੱਸਿਆ, ਕਹਿੰਦੀ ਬੋਲ ਦਿਓ ਮੇਰਾ ਤੁਸੀਂ ਦੀਦੀ, ਕਹਿੰਦੀ ਮੇਰਾ ਗੀਤ ਆਉਣਾ, ਕਹਿੰਦੀ ਥੋੜੇ ਦਿਨਾਂ ਤੱਕ ਇੱਕ ਹੋਰ ਪੋਸਟਰ ਪਾਉਣਾ ਇਹਨੇ, ਹੁਣ ਇਹਦਾ ਸ਼ੇਅਰ ਸ਼ੂਅਰ ਕਰ ਦਿਆ ਕਰੋ ਕੁੜੀ ਦਾ, ਸਪੋਰਟ ਕਰਿਆ ਕਰੋ ਪੂਰੀ ਇਹਨੂੰ, ਬਹੁਤ ਵਧੀਆ ਹੈਗੀ ਆ ਇਹ ਕੁੜੀ ਵਿਚਾਰੀ। ਮੈਨੂੰ ਵੀ ਤਾਂ ਦੇਖ ਲਾ ਤੁਹਾਡੇ ਨਾਲ ਮਿਲਾਤਾ ਇਹਨੇ ਹੁਣ, ਮੈਨੂੰ ਨਹੀਂ ਤਾਂ ਮੈਨੂੰ ਕੌਣ ਜਾਣਦਾ ਤੀ ਕਿਹੜੀ ਜਿੱਤੋ, ਕਿਸੇ ਨੂੰ ਵੀ ਨਹੀਂ ਪਤਾ ਹੈਗਾ ਦੇਖ ਲਾ ਹਨਾ, ਮੈਂ ਤਾਂ ਅੰਦਰ ਬੈਠੀ ਰਹਿੰਦੀ ਤੀ ਆਪਦੇ ਘਰੇ, ਇਹਨੇ ਹੁਣ ਤੁਹਾਡੇ ਨਾਲ ਮਿਲਾਤਾ ਮੈਨੂੰ ਦੇਖ ਲੈ ਹਨਾ, ਮੈਨੂੰ ਤਾਂ ਹੁਣ ਆਪ ਵਧੀਆ ਲੱਗਣ ਲੱਗ ਗਏ ਸਾਰੇ, ਤੁਸੀਂ ਗੱਲਾਂ ਮਾਰਦੇ ਹੋ ਭਾਈ, ਕਿੰਨੀਆਂ ਵਧੀਆ ਤਾਂ ਗੱਲਾਂ ਮਾਰਦੇ ਹੋ ਤੁਸੀਂ ਦੇਖੀ। ਤੀਰਥ ਹਰਜਿੰਦਰ ਸਿੰਘ ਲੱਦਾ ਜਿਹੜੀ ਦੁਨੀਆਂ ਕੀ ਜਾਣੇ ਕਿਸੇ ਦੇ ਹਾਸਿਆਂ 'ਚ ਕਿੰਨਾ ਦਰਦ ਲੁਕਿਆ ਹੁੰਦਾ ਹੈ, ਖੁਸ਼ ਰਹੋ। ਹਾਂ ਭਾਈ ਸੱਚੀ ਗੱਲ ਹੈ, ਤਾਂ ਕਿਸੇ ਨੂੰ ਕੁਛ ਨਹੀਂ ਪਤਾ ਹੁੰਦਾ, ਅਗਲੇ ਨੂੰ ਤਾਂ ਹੱਸਦੇ ਹੀ ਦਿਖਦੇ ਆ ਭਾਈ, ਅੰਦਰ ਵੜ ਵੜ ਕੇ ਕਿੰਨਾ ਕੁ ਕੋਈ ਰੋਂਦਾ, ਕਿਸੇ ਨੂੰ ਥੋੜ੍ਹੀ ਪਤਾ ਹੁੰਦਾ ਇਹਨਾਂ ਗੱਲਾਂ ਦਾ, ਲੋਕੀ ਤਾਂ ਬਸ ਐਂ ਨੇ। ਤੇ ਕੋਈ ਨਹੀਂ ਭਾਈ, ਉਹ ਰੱਬ ਦਾ ਦੇਖਦਾ ਹੀ ਆ ਸਾਰਾ ਕੁਛ ਹੈ ਨਾ, ਉਹ ਪਰਮਾਤਮਾ ਤੋਂ ਡਰਨਾ ਚਾਹੀਦਾ ਬੰਦੇ ਨੂੰ ਕਿਸੇ ਨੂੰ ਵੱਧ ਕੇ ਗੱਲ ਨਹੀਂ ਬੋਲਣੀ ਚਾਹੀਦੀ, ਜਿਹੜਾ ਕਿਸੇ ਦਾ ਦਿਲ ਦਿਖਾਵੇ, ਇਹ ਦੁਨੀਆਂ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਹੈਗੀ ਵੀਰੇ। ਹਰਸ਼ਪ੍ਰੀਤ ਸਿੰਘ ਪਹਿਲਾਂ ਵੀ ਗੱਲਬਾਤ ਕਰੀ ਆ ਲਾਈਵ ਵਿੱਚ, ਅੱਸਿਆ ਵੀ ਭਾਈ ਤੂੰ ਉਦੇ ਇਹਦੇ ਨਾਲ ਲਾਈ ਹੋਇਆ ਤੀ ਕੁੜੀ ਨਾਲ, ਆ ਗਿਆ ਮੇਰੇ ਯਾਦ ਚ, ਮੱਟ ਸੇਰੋਂ ਵਾਲੇ ਦੇ ਪਿੰਡ ਦਾ ਨਾ ਤੂੰ ਭਾਈ, ਹੈ ਨਾ
ਰਜਿੰਦਰ ਮੱਲੀ ਗੁੱਡ ਲੈ ਆਪਣੇ ਆ ਤਾਂ ਇੱਕ ਹੋਰ ਭੈਣ ਆ ਗਈ ਸਾਡੀ। ਓਹੋ ਦੀਦੀ ਕਿਵੇਂ ਆ ਕੁੜੇ, ਠੀਕ ਆ? ਕੀ ਹਾਲ ਆ ਭੈਣੇ ਤੇਰੇ ਬੱਚਿਆਂ ਦਾ? ਹੈਂ ਤੂੰ ਤਾਂ ਬਾਹਲੇ ਚਿਰ ਬਾਅਦ ਦਿਖੀ ਆ ਕੁੜੇ, ਵਿੱਚ ਆ ਜਾ ਇਹਦੇ। ਲੈ ਤੈਨੂੰ ਮੈਂ ਇਹਨੂੰ ਕਹਿੰਦੀ ਆ ਕੁੜੀ ਨੂੰ ਵਿੱਚ ਜੋੜ ਦੂਗੀ ਨੀ, ਰਜਿੰਦਰ ਮੱਲੀ ਵਿੱਚ ਆ ਜਾ ਭੈਣੇ, ਆ ਜਾ ਜੁੜ ਇਹਨੂੰ ਕਰ ਜੁਆਇਨ। ਜੁਆਇਨ ਹੀ ਕਰਦੇ ਹੁੰਦੇ ਨੇ ਜੈ ਵੱਡਾ, ਕੀ ਕਹਿੰਦੇ ਹੁੰਦੇ ਨੇ ਇਹਨੂੰ, ਅੰਗਰੇਜ਼ੀ ਗਲਤ ਵੀ ਨਾ ਬੋਲੀ ਜਾਵਾਂ ਕਿਤੇ, ਇੰਨਿਆਂ ਚ ਮੇਰੀ ਬੇਇੱਜ਼ਤੀ ਹੋ ਜੇ। ਜਸਪਾਲ ਸਿੰਘ, ਜਸਪਾਲ ਕਹਿੰਦੇ ਤੁਹਾਡੇ ਵਾਂਗੂ ਸਾਡੇ ਵੀ ਘਰ ਚ ਇੱਕ ਹੈਗਾ ਚਾਹ ਦਾ ਸ਼ੌਕੀਨ, ਗੋਲਡੀ। ਅੱਸਿਆ ਭਾਈ ਮੈਂ ਤਾਂ ਬਾਹਲ ਹੀ ਪੀਨੀ ਆ ਸੱਚੀ। ਹੋਰ ਕਈ ਵਾਰ ਤਾਂ ਜੈਬਟ ਚੱਕਰ ਵੀ ਆਉਣ ਲੱਗ ਜਾਂਦੇ ਨੇ, ਫਿਰ ਬੰਦ ਕਰ ਦਿੰਦੀ ਆ, ਥੋੜੇ ਦਿਨ ਬਾਅਦ ਜਦ ਠੀਕ ਹੋ ਜਾਂਦੀ ਆ ਫੇਰ ਲੱਗ ਜਾਂਦੀ ਆ। ਕਿੱਥੇ ਹਟਿਆ ਜਾਂਦਾ ਚਾਹ ਪੀਣ ਤੋਂ, ਆਦਤ ਹੀ ਐਡੀ ਭੈੜੀ ਪੈ ਗਈ ਚਾਹ ਦੀ ਤਾਂ। ਹੋਰ ਫਿਰ ਕਿਸੇ ਦੇ ਬਾਗਜੋ ਤਾਂ ਝੱਟ ਚਾਹ ਬਣਾ ਲੈਂਦੇ ਨੇ, ਫਿਰ ਥੋੜੀ ਨਾਲ ਸਿਦਕ ਨਹੀਂ ਆਉਂਦਾ ਜੈ ਵੱਡਾ। ਆ ਕੱਪ ਚ ਤਾਂ ਉਂਝ ਨਹੀਂ ਪੀਤੀ ਜਾਂਦੀ, ਐਂ ਹੁੰਦਾ ਵੀ ਜੈ ਵੱਡਾ ਗਲਾਸ ਹੀ ਹੋਵੇ ਸਟੀਲ ਦਾ ਵੱਡਾ। ਭਾਈ ਕਿਹੜਾ ਐਡ ਕਰੋ ਜੀ ਕਰੀ ਜਾਂਦਾ, ਹੁਣ ਮੈਨੂੰ ਤਾਂ ਸਮਝ ਵੀ ਨਹੀਂ ਆਉਂਦੀ ਹੈਗੀ, ਮੈਂ ਕਣਕ ਇੱਕਣ ਐਡ ਕਰ ਲਾਂ, ਪਤਾ ਹੀ ਨਹੀਂ ਮੈਨੂੰ ਜਦ ਕੌਣ ਐਡ ਕਰੋ ਜੀ, ਕਿਹਨੂੰ ਕਰੋ ਜੀ, ਪਤਾ ਹੀ ਨਹੀਂ ਕੁਛ। ਭਾਈ ਤੁਸੀਂ ਤਾਂ ਉੱਤੇ ਤਾਂ ਥੋੜੇ ਜਿਹੇ ਜਣੇ ਰਹਿ ਗਏ, ਤੁਸੀਂ ਤਾਂ ਭੱਜ ਗਏ ਸਾਰੇ। ਉਹ ਕੁੜੀ ਤਾਂ ਹਜੇ ਆਈ ਨਹੀਂ ਹੈਗੀ, ਦੱਸ ਹੁਣ ਮੈਂ ਤੂੰ ਕੀ ਕਰਾਂ ਇਹਨੂੰ, ਮੈਨੂੰ ਤਾਂ ਬੰਦ ਵੀ ਨਹੀਂ ਕਰਨਾ ਆਉਂਦਾ ਇਹ ਤੁਹਾਡਾ, ਇੱਥੋਂ ਆਉਂਦਾ ਇਹ ਬੰਦ। ਨਹੀਂ ਆ ਜਾ ਭੈਣੇ ਦੇਖ ਲਾ ਇਹਨੂੰ ਆਪਦੇ ਨੂੰ ਆਣ ਕੇ, ਆ ਤਾਂ ਜਾਈ ਜਾਂਦੇ ਨੇ ਵਿੱਚ ਤੇਰੇ ਸਾਰੇ। ਆਹ ਕਰ ਲੈ ਜਾ ਕੇ ਕੋਈ ਗੱਲ ਕਰਨੀ ਆ ਤੂੰ। ਆਹੋ ਕਹਿਤਾ ਤੇਰਾ ਪੋਸਟਰ ਭੈਣੇ, ਕਰਤਾ ਮੈਂ ਉਹਨਾਂ ਨੂੰ ਕਹਿਤਾ ਵੀ ਆਪਦਾ ਪੋਸਟਰ, ਭਾਈ ਇਹਨੇ ਪੋਸਟਰ ਪਾਉਣਾ ਬਸ ਇੱਕ ਅੱਧੇ ਦਿਨ ਚ ਕੁੜੀ ਨੇ। ਭਾਈ ਇਹਦਾ ਸ਼ੇਅਰ ਸ਼ੂਅਰ ਕਰ ਦਿਓ, ਨਵਾਂ ਗਾਣਾ ਆ ਰਿਹਾ ਇਹਦਾ। ਅੱਛਾ ਤੇ ਭਾਈ ਆਹ ਕੌਣ ਆਉਂਦਾ? ਸੀਪਾ ਰੋਡਿਆਂ ਵਾਲਾ, ਅੱਛਾ ਭਾਈ ਤੁਹਾਡੇ ਪਿੰਡ ਫਿਲਮ ਦੀ ਸ਼ੂਟਿੰਗ ਚੱਲਦੀ ਹੈ, ਚਲ ਵਧੀਆ ਗੱਲ ਆ ਭਾਈ, ਦੇਖੋ ਫਿਰ ਵਧੀਆ ਗੱਲ ਆ। ਗਗਨ ਗਗਨ ਗੋਇਲ ਕੀ ਹਾਲ ਨੇ, ਨੀ ਜੀਤੋ ਤੇਰੇ? ਬੇ ਹਾਂ ਭਾਈ ਠੀਕ ਆ, ਮੈਨੂੰ ਕੀ ਹੋਇਆ, ਮੈਂ ਤਾਂ ਵਿੱਚ ਦੇਖੀ ਜਾਂਦੀ ਆ ਦੁਨੀਆ ਦੇ ਰੰਗ ਢੰਗ, ਹੈ ਕੀ ਕਰਦੇ ਨੇ ਦੇਖ, ਵਿੱਚ ਕਿਵੇਂ ਕਿਵੇਂ ਕਮੈਂਟ ਕਰੀ ਜਾਂਦੇ ਨੇ ਦੱਸ ਲੈ। ਹੁਣ ਉਹ ਮੱਟ ਦੇ ਮਗਰ ਪੈ ਗਿਆ ਲੈ ਰੰਧਾਵਾ, ਦੱਸ ਲੈ। ਮੈਂ ਤਾਂ ਕਿਸੇ ਨੂੰ ਛੱਡਦਾ ਹੀ ਨਹੀਂ ਹੈਗਾ, ਮੈਨੂੰ ਲੱਗਦਾ ਸਾਰਿਆਂ ਤੇ ਲੱਗੀ ਜਾਂਦਾ, ਪਤਾ ਨਹੀਂ ਕੀ ਮਿਰਚਾਂ ਖਾਂਦਾ ਇਹ ਤੜਕੇ ਉੱਠ ਕੇ ਨਿਰਨੇ ਕਾਲ ਜੇ। ਪਾਣੀ ਪੀ ਲਿਆ ਕਰ ਬੇ ਭਾਈ ਗਲਾਸ, ਠੰਡਾ ਠੰਡਾ ਪੀਆ ਕਰ, ਤੂੰ ਤਾਂ ਅਸੀਂ ਤਾਂ ਕੋਸਾ ਪੀਨੇ ਹੁੰਦੇ ਆ। ਹਰਸ਼ਪ੍ਰੀਤ ਸਿੰਘ ਕਿੱਦਾਂ ਬੋਲਦੇ ਹੋ ਅੱਜ ਤਾਂ ਤੁਸੀਂ? ਬੇ ਭਾਈ ਮੈਂ ਤਾਂ ਜੀਤੋ ਆ, ਤੁਸੀਂ ਕੀ ਭੁਲੇਖਾ ਖਾਈ ਜਾਂਦੇ ਹੋ? ਓਕੇ ਜੀ ਤਾਂ ਤੁਹਾਡੀ ਉੱਧਰ ਆਓ ਮਾਰ ਦਿੰਦੇ ਤੁਹਾਡੇ ਨਾਲ ਹੋਰ ਹੀ ਤਰ੍ਹਾਂ ਗੱਲਾਂ। ਹਾਂ ਮੈਂ ਤਾਂ ਆਪਦਾ ਹੀ ਹੁਣ ਜਿਵੇਂ ਮੈਂ ਬੋਲਦੀ ਹਾਂ, ਮੈਂ ਤਾਂ ਉੱਕਾ ਨਹੀਂ ਬੋਲਣਾ ਭਾਈ। ਗਗਨ ਗਗਨ ਗੋਇਲ ਗੋਡੇ ਮੋਢੇ ਠੀਕ ਰਹਿੰਦੇ ਨੇ ਨੀ ਜੀਤੋ ਤੇਰੇ? ਬੇ ਹਾਂ ਭਾਈ ਗੋਡਿਆਂ ਨੂੰ ਕੀ ਹੋਇਆ, ਠੀਕ ਨੇ ਤਾਂ ਹੀ ਆਏ ਇਹਨਾਂ ਦੇ ਘਰ ਤੁਰ ਕੇ ਉਰੇ ਤੱਕ। ਹੁਣ ਗੋਡੇ ਕਿਤੇ ਹੁਣ ਕਿਸੇ ਦੇ ਥੋੜੀ ਲਾ ਕੇ ਲੈ ਆਉਂਦੇ ਨੇ ਉਰੇ। ਕਹੇ ਜੋ ਗੱਲਾਂ ਕਰਦੇ ਹੋ ਬੇ ਭਾਈ ਤੁਸੀਂ, ਵਿੱਚ ਵਿੱਚ ਤਾਂ ਬਾਹਲਾ ਹਾਸੇ ਵਾਲੀਆਂ ਗੱਲਾਂ ਕਰਦੇ ਹੋ। ਹਰਸ਼ਪ੍ਰੀਤ ਸਿੰਘ ਕਹਿੰਦਾ ਐਡ ਕਰੋ ਜੀ। ਬੇ ਭਾਈ ਮੈਨੂੰ ਨਹੀਂ ਆਉਂਦਾ ਐਡ ਕਰਨਾ ਤੁਹਾਨੂੰ, ਉਹਦਾ ਆਈ ਕੁੜੀ ਕਰੂਗੀ ਤੁਹਾਨੂੰ ਆ ਕੇ ਐਡ ਉਡ। ਆਹ ਮੈਂ ਤਾਂ ਦੇਖੀ ਜਾਂਦੀ ਹਾਂ ਰੰਗ ਢੰਗ, ਜਿੰਨਾ ਕੁ ਮੈਥੋਂ ਪੜਿਆ ਜਾਂਦਾ ਮੈਂ ਤਾਂ ਪੜ੍ਹ ਵੀ ਲੈਂਦੀ ਹਾਂ ਮਾੜਾ ਮੋਟਾ, ਹੋਰ ਇੰਨਾ ਕਿੱਥੇ ਮੈਨੂੰ ਪੜ੍ਹਨਾ ਆਉਂਦਾ ਗਾ, ਨਾਲੇ ਮੈਂ ਕਿਤੇ ਇਹ ਚਲਾਈਏ ਨਹੀਂ ਹੈਗੀ ਫੇਸਬੁੱਕ, ਕੀ ਆ ਇਹ, ਮੈਂ ਤਾਂ ਇਹਦੇ ਦੇਖ ਦੁੱਖ ਲੈਂਦੀ ਹੁੰਦੀ ਆ, ਇਹਦੇ ਜਿਹੜੇ ਪਾਉਂਦੀ ਹੁੰਦੀ ਆ ਰੀਲਾਂ ਰੂਲਾਂ ਵਿੱਚ ਪੜ੍ਹ ਲੈਂਦੀ ਹੁੰਦੀ ਆ ਕੀ ਬੋਲਦੇ ਨੇ ਸਾਰੇ। ਨੀ ਆ ਜਾ ਕੁੜੇ ਭੈਣੇ, ਇਹਨੂੰ ਬੰਦ ਕਰ ਲਾ ਆਪਦੇ ਨੂੰ, ਹੈ ਮੇਰੇ ਤੋਂ ਨੀ ਹੁਣ ਤੇਰੀਆਂ ਗੱਲਾਂ ਵੱਜਦੀਆਂ, ਬਹੁਤ ਹੋ ਗਈਆਂ ਤੇਰੀਆਂ ਗੱਲਾਂ। ਆ ਤੇਰੇ ਕਹਿਣ ਤੇ ਆ ਗਈ ਮੈਂ ਇੱਥੇ ਲੈਬ ਤੇ, ਬਹੁਤ ਕੁਛ ਬੋਲਤਾ ਹੁਣ ਮੈਂ, ਆ ਜਾ ਹਾਲਦਾ ਦੇ ਲੈ ਇਹਨੂੰ ਆ ਕੇ। ਹਾਂ ਕੀ ਕਰਾਂ ਇਹਨੂੰ, ਕੀ
थले बटन आए दे। अच्छा इतो बंद करदा है की लिखा फिनिश लिखा हो पता नहीं इतो करना माड़ा मोटा पढ़ना होता मैं ज्यादा नहीं आता। अच्छा न तू हूं की बना लग गई भेने तू तो ऊँ दाल तड़के ला लग गई आपका इन्हों सामला आन के मैनू फसाता इतने लिया के बिच वो तो अपने तेरे कई कुछ बोली जाते हैं बिच बिच वधिया बोलते हैं बहुत वो बिच एक होर एक दो बोली जाते हैं जरा मैं तो ऊँ लड़ाई हो जू किसी जाया खाने की। दीप गगन गोयल कहिंदा नहीं जीतो तेरे नाल दुख सुख की गल करके वधिया लग रहा है भाई तेरे नाल कड़ी दुख सुख बोल ले मैं है दस मैं तो आपदे चले ढिड हौला करती रहनी हूँ तू तेरे तो मैं कुछ सुनिया ही नहीं वीरे तू कद बोल गया दुख सुख मैनू जगतार सिद्धू नाइस जी कहते हाँ भाई थैंक यू भीरे तेरा धन्यवाद बाला ही भाई बिचे इन्होंने जवाब जवाब आपे दे दिया करो जो गलत जहा बोलते होंगे ने बिच बिच जी होर इन्होंने पूछ लिया करो भाई थोड़ा की चक लिया है दस तुम खाते उई इन्ने औखे हुए फिरदे हो भीरे पानी पुनी पियो ठंडा गया गर्मी आ गई ऊँ भी हूं तो वैसे ही घबराहटा होनिया ने इन्होंने तो ऊँ मची जाते हैं देख देख के पहले ही ठंड च ही मची गए ने तो हूँ सियाला च गर्मिया चाहना तो बाली अग लगनी है जाए बड़े लोगों के पता नहीं की करना इन्होंने हसद देख के भी मची जाते हैं चलो ठीक है बे भाई आ दसता उन्हें मैंने बटन जाओ नहीं अज आँगी हैगी थोड़ी आपे हो जाए होना फिर उन्हें मार ली गलना तो बिना ठीक आ गाना कहती है कहती मेरे पोस्टर का बोलते कहती वह मैंने आवाज सुनी हूँ फिर उन्होंने ए नहीं पता भी मैं चार बार बोलता भी यदा गाना आना भाई हाँ थोड़े दिन तक पोस्टर पाऊगी ये आपका यदा शेयर कर दौ इनू भी कर दौ शेयर कहती आह जो मैं बोलन लगी हुई हाँ अस्या कोई ना कह दें आप ही सारे सियाने ने बथेरे सब कुछ आता इन्हों तो पूरे जज ने तू कह टेंशन ले फिर दीप गगन गोयल नहीं जीतो तेरी कमेडी बहुत वधिया लगती है लै भाई तेन वधिया लगी आच तो लोग मची जाते ने भीरे बाले तुम बिच वधिया बोल दे करते होंगे मेरे मैं भी ता ही आ गई ये कहने ते अज नहीं तो मैं कितने आना थी मैं तो उई नहीं आँगी हैगी यह जो सब की ने कुत्तखाने जे अभी लगिया रहिंदियां ने कुड़ियां मैनू नहीं वधिया लगता यह कुछ मैं तो देख दुख लैनी हूँ माड़ा मोटा जो कहीं नहीं दीदी कर तू लैब हो दीदी तू गल्ला मार तेन देखना चाहते ने सारे तेन सुनना चाहते ने कहती मैं तो रील पाई थी कहती है तड़के कहती सारे कहते लैब करो जीतो दीदी लै वो तो भाई मेरे पिस्से ही पैगी हाँ हटिए नहीं हैगी मैंने लिया के ही छड़िया इन्हें थोड़े मूहरे होर वधिया लग्या थोनू भीरे मैं तो फिर आपकी आईडी बना लूँ बाला पंप जाना दबो मैं झाकोगे मेरे भी झाकूगी भी मेरे मेरी आईडी हूँ पाँदी नहीं कुछ दीदी मैंने वीडियो नहीं बना के दें मैं तो आपदिया पाँव लग जाऊँ होर की फिर मैनू भी पता तो लगे तुम किन्ने क जाने मैं देखते दे हो भाई आपे के जी तो आपका चला पे फिर कम मैं तो आपका चला दू लैदा दीप गगन गोयल कहते जो मचते मची जाए जीतो दे फैन आप लै भाई हसिया मेरा तो पाई आ खून बद गया भाई तेरी गल सुन के शुकर है चल कोई तो नाल हैगा ही है भाई है थोड़े चो जगतार सिद्धू कहना सौग सुना दो जी कोई भाई मैनू कितने सौग आते ने हाँ दस तेरा सरे ही पे भीरे सौग तो वह गाँव होंगी थोड़ी जीत के जीत लाली वह सुना दूगी थोड़ी सौग आपदी पाँदी बथेरिया रीलों रूलों ही बना बना के पा दें उही सुनाऊगी सौग तो मैं तो आही गल आ मेरे तो सुनिया ने सुन लो थोनू बुढ़िया वाले गाने सुना दू जे पहला गाँदियाँ आदि थी बुढ़िया ब्याहों है ना वह सुना दू थू किसी दिन अज तो हूँ मेरा गला दुखदा गा सुना दू किसी दिन थोड़ा फिर मैं हूँ लैब होके हूँ यह मैंने फिर कहूगी भी हो दीदी फिर लैब उदे फिर थोनू मैं सुनाऊंगी ठीक है जो पहला गाँदियाँ आदि थी आ सुहाग सुहूग जे ब्याहों सन तो उही आते हैं भाई आह तो सू कि आने जे अजक यह गाँदियां ने गियाँ बन सुवन्ने नाले तो सिखिया हुई ने भाई गा लेंदियां ने हम असं कड़े सीखे हुए रण विजय सिंह चौहान की लिखी जाने भाई तुसी नखरो दे नखरे कमाल करी जाते भाई ला दस की हाँ दस नखरे करते मैं तो सीधा तो बोल दी थोड़े नाल पंजाबी च गल कर दी देखी मैं तो पढ़ना भी नहीं आता चज नाल कहते नखरे करते भी उ होर ही कमेंट करी जाने देखी तुस तो कहीं तुम सुना दो सौग आप तो थोड़े फैन भाई मैनू कितने आने गाने की करी जाने गल भाई
ਅਮਰਜੀਤ ਸਿੰਘ ਕਮੇਡੀ ਬਹੁਤ ਸੋਹਣੀ ਆ ਜੀਤੋ ਜੀ ਲੈ ਭਾਈ ਧੰਨਵਾਦ ਤੁਹਾਡਾ ਬਾਲਾ ਭਾਈ ਮੈਂ ਤਾਂ ਬਾਲਾ ਖੂਨ ਵੱਧ ਜੂਗਾ ਹੁਣ ਮੈਂ ਤਾਂ ਬੰਦ ਕਰਨ ਲੱਗਿਆ ਤੁਹਾਡਾ ਤੁਸੀਂ ਤਾਂ ਸਾਰੇ ਕਰਨ ਲੱਗ ਗਏ ਜੀਤੋ ਦੀ ਕਮੇਡੀ ਵਧੀਆ ਕਰਦੀ ਆ ਇੰਨਾ ਖੂਨ ਨਹੀਂ ਵਧਾਉਣਾ ਹੈਗਾ ਫਿਰ ਉਹ ਜ਼ਿਆਦਾ ਹੋ ਜੂ ਕਿਤੇ ਉਈ ਅਟੈਕ ਹੋ ਜੇ ਰਣਵਿਜੇ ਸਿੰਘ ਚੌਹਾਨ ਕਹਿੰਦੇ ਗੋਡਿਆ ਜੀ ਧੰਨਵਾਦ ਭਾਈ ਬਾਲਾ ਹੀ ਧੰਨਵਾਦ ਹੈ ਤੁਹਾਡਾ ਤਾਂ ਸਾਰਿਆਂ ਦਾ ਤੁਸੀਂ ਸਾਰੇ ਬਹੁਤ ਵਧੀਆ ਕਮੈਂਟ ਕਰਦੇ ਹੋ ਸਾਰੇ ਹੈ ਨਾ ਅਤੇ ਸਾਰੇ ਮੇਰੀਆਂ ਰੀਲਾਂ ਨੂੰ ਵੀ ਤੁਸੀਂ ਬਹੁਤ ਭਾਈ ਸ਼ੇਅਰ ਕਰਦੇ ਹੋ ਬਹੁਤ ਤੁਸੀਂ ਭਾਈ ਉਹ ਕਰਦੇ ਹੋ ਕੀ ਕਹਿੰਦੇ ਹੁੰਦੇ ਆ ਲਾਇਕ ਕਰਦੇ ਹੋ ਸਾਰੇ ਤੁਹਾਡੇ ਵਿਊ ਵੀ ਬਹੁਤ ਹੁੰਦੇ ਆ ਮੇਰੀਆਂ ਰੀਲਾਂ 'ਤੇ ਹੈ ਨਾ ਭਾਈ ਸਾਰਿਆਂ ਦੀ ਮੈਂ ਤਹਿ ਦਿਲ ਤੋਂ ਧੰਨਵਾਦੀ ਹਾਂ ਅਤੇ ਭਾਈ ਹੁਣ ਉਹ ਮੈਨੂੰ ਕੁੜੀ ਤਾਂ ਕਹਿੰਦੀ ਫਿਨਿਸ਼ ਕਰ ਦਿਓ ਤਾਂ ਜਾ ਕੇ ਰਸੋਈ 'ਚ ਫਸ ਗਈ ਬਣਾਉਂਦੀ ਆ ਉੱਥੇ ਸਬਜ਼ੀਆਂ ਦਾਲਾਂ ਪਤਾ ਨਹੀਂ ਹੁਣ ਮੈਨੂੰ ਨਹੀਂ ਆਏ ਪਤਾ ਰੋਟੀ ਨਾ ਧਰਦੇ ਮੇਰੇ ਮੂਹਰੇ ਬਣਾ ਕੇ ਇੰਨੀ ਚਾਹ ਪੀ ਕੇ ਹਟੀ ਹੁਣ ਮੈਂ ਗਲਾਸਾਂ ਭਰ ਕੇ ਹਜੇ ਮੈਂ ਤਾਂ ਹੁਣ ਜਾਣੀ ਆ ਇੱਥੋਂ ਇਹਦੇ ਘਰੋਂ ਹਾਂ ਤਾਂ ਹੈ ਨਹੀਂ ਕਿ ਜਾਊਗੀ ਮੈਂ ਤਾਂ ਤੁਹਾਨੂੰ ਤੁਹਾਨੂੰ ਪੂਰਾ ਕਰਦੀ ਹਾਂ ਭਾਈ ਇਹਨੂੰ ਫਿਨਿਸ਼ ਕਹਿੰਦੀ ਫਿਨਿਸ਼ ਕਰ ਦੇ ਕਹਿੰਦੀ ਇਹਨੂੰ ਕਹਿੰਦਾ ਆ ਜੇ ਖੂਨ ਵੱਧ ਗਿਆ ਤਾਂ ਡੋਨੇਟ ਕਰਦੀ ਨਹੀਂ ਜੀਤੋ ਤੂੰ ਵੀ ਕਮਾਲ ਕਰਦੀ ਆ ਨੀ ਜੀਤੋ ਕਦੇ ਕਦੇ ਅੱਸਿਆ ਭਾਈ ਉਹ ਡੋਨੇਟ ਕੀ ਹੁੰਦਾ ਉਹ ਕੀ ਉਹ ਜਿਹੜਾ ਦਾਨ ਕਰਦੇ ਹੁੰਦੇ ਨੇ ਖੂਨ ਦਾਨ ਮੈਂ ਭਾਈ ਮੈਨੂੰ ਤਾਂ ਉਈ ਡਰ ਲੱਗਦਾ ਮੈਂ ਤਾਂ ਟੀਕਾ ਨਹੀਂ ਲਵਾਉਂਦੀ ਛੇਤੀ ਕਿਤੇ ਡੋਨੇਟ ਤਾਂ ਉਹ ਤਾਂ ਸੂਈ ਖੋਭਣਗੇ ਭਾਈ ਆਪਾਂ ਨਹੀਂ ਖੂਨ ਦਾਨ ਦੂਨ ਕਰਦੇ ਮੈਂ ਤਾਂ ਘੱਟ ਹੀ ਰੱਖ ਲੂੰ ਮੈਂ ਤਾਂ ਵਧਾਉਂਦੀ ਹੀ ਨਹੀਂ ਹੈਗੀ ਮੱਖਣ ਸੇਰੋਂ ਵਾਲਾ ਕੀ ਕਹਿੰਦਾ ਸਬਜ਼ੀਆਂ ਦਾਲਾਂ ਵੀ ਭਾਈ ਹੁਣ ਬਣਾਉਣੀਆਂ ਹੀ ਨੇ ਰਾਤ ਹੋ ਗਈ ਸ਼ਾਮਾਂ ਤਾਂ ਪਈਆਂ ਨੇਗੀਆਂ ਰੋਟੀ ਨਹੀਂ ਖਾਣੀ ਹੁਣ ਅਗਲੇ ਰਾਤ ਨੂੰ ਹੁਣ ਲਾਈਵ ਤਾਂ ਕਿੱਥੋਂ ਆ ਕੇ ਬਹਿ ਜੇ ਦੱਸ ਹੁਣ ਉਹ ਆਪਦੀ ਥਾਂ 'ਤੇ ਸਹੀ ਆ ਉਹ ਤਾਂ ਮੈਨੂੰ ਫਸਾਇਆ ਉਹਨੇ ਅੱਜ ਲਿਆ ਕੇ ਤੁਹਾਡੇ ਮੂਹਰੇ ਹਾਂ ਆਪਦਾ ਤਾਂ ਜਿੱਦਣ ਜੀ ਕਰੂ ਫੇਰ ਹੋ ਜੂ ਉਹ ਇਹਨੂੰ ਸ਼ੇਅਰ ਕਰ ਦਿਓ ਭਾਈ ਉਹ ਕਹਿੰਦੀ ਮੇਰੇ ਆ ਸਾਰੇ ਜਿਹੜਾ ਮੈਂ ਬੋਲੀ ਜਾਂਦੀ ਹਾਂ ਤੁਹਾਡੇ ਮੂਹਰੇ ਬਹਿ ਕੇ ਆਹ ਕੀ ਗੱਲਾਂ ਗੁੱਲਾਂ ਹੀ ਮਾਰੀ ਜਾਂਦੀਆਂ ਹਨ ਸ਼ੇਅਰ ਕਰ ਦਿਓ ਭਾਈ ਇਹਨਾਂ ਨੂੰ ਹੋਰ ਨਹੀਂ ਤਾਂ ਮੇਰੀ ਜਾਨ ਖਾ ਜੂਗੀ ਤੂੰ ਬੋਲੀ ਨਹੀਂ ਕਹੂਗੀ ਦੀਦੀ ਇਹਨਾਂ ਨੂੰ ਕਿਹਾ ਨਹੀਂ ਤੁਸੀਂ ਸ਼ੇਅਰ ਕਰ ਦਿਓ ਭਾਈ ਆਹ ਲੈਬ ਨੂੰ ਲੈਬ ਹੀ ਹੁੰਦੇ ਨੇ ਆਹ ਫੇਸਬੁੱਕ 'ਤੇ ਇਹਨੂੰ ਸ਼ੇਅਰ ਕਰ ਦਿਓ ਭਾਈ ਅਸੀਂ ਤਾਂ ਉਵੇਂ ਨਹੀਂ ਵਟਸਐਪ ਚਲਾਉਂਦੀ ਕੀ ਤੁਹਾਡੇ ਉਹ ਹੁੰਦੇ ਨੇ ਸੱਪ ਸੁੱਪ ਜੇ ਆਪਾਂ ਤਾਂ ਕੁਛ ਨਹੀਂ ਚਲਾਉਂਦੇ ਮੈਂ ਤਾਂ ਊਂ ਦੇਖ ਦੁੱਖ ਲੈਂਦੀ ਹੁੰਦੀ ਹਾਂ ਫੇਸਬੁੱਕ ਦੀਆਂ ਅਤੇ ਰੀਲਾਂ ਰੂਲਾਂ ਜੀ ਹੱਸ ਲਈਦਾ ਘੜੀ ਹੱਸਣ ਵਾਲੀ ਚੀਜ਼ ਦੇਖਦੀ ਹੁੰਦੀ ਹਾਂ ਮੈਂ ਨਹੀਂ ਕੁਛ ਦੇਖਦੀ ਵਟਸਐਪ ਕੀ ਦੇਖਣਾ ਉਹ ਉਹਦੇ 'ਚ ਕੀ ਹੁੰਦਾ ਹੱਸਣ ਨੂੰ ਕੁਛ ਨਹੀਂ ਹੁੰਦਾ ਉਹਦੇ 'ਚ ਤਾਂ ਗਰੁੱਪ ਗਰੱਪ ਆਪਾਂ ਨਹੀਂ ਬਣਾਉਂਦੇ ਬਣਾਉਂਦੇ ਹੈਗੇ ਕੁਛ ਵੀ ਮੈਂ ਤਾਂ ਕਮੇਡੀ ਕਮੇਡੀ ਵਾਲੇ ਲਾਇਕ ਕੀਤੇ ਹੋਏ ਨੇ ਕਮੇਡੀ ਕਮੇਡੀ ਵਾਲੇ ਦੇਖਦੀ ਹੁੰਦੀ ਹਾਂ ਬਸ ਇਕੱਲੇ ਹਾਂ ਮੈਂ ਤੋਂ ਨਹੀਂ ਲਵਾਇਆ ਜਾਂਦਾ ਦੇਖ ਕੇ ਤੁਹਾਡੇ ਚਲੋ ਠੀਕ ਹੈ ਭਾਈ ਹੁਣ ਬਹੁਤ ਹੋ ਗਈਆਂ ਗੱਲਾਂ ਅੱਜ ਮੈਂ ਤਾਂ ਪਹਿਲੇ ਦਿਨ ਤੁਹਾਡੇ ਨਾਲ ਬਹੁਤ ਗੱਲਾਂ ਮਾਰਨੀਆਂ ਭਾਈ ਬਹੁਤ ਢਿੱਡ ਹੌਲਾ ਕਰ ਲਿਆ ਹੈ ਅਤੇ ਭਾਈ ਇਹ ਮੇਰੀ ਹੁਣ ਸਤਿ ਸ਼੍ਰੀ ਅਕਾਲ ਹੈ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਭਾਈ ਵਧੀਆ ਸਿਆਣੇ ਬਣ ਕੇ ਰਿਹਾ ਕਰੋ ਆਹ ਫਾਲਤੂ ਦੀਆਂ ਗੱਲਾਂ ਨਾ ਕਰਿਆ ਕਰੋ ਉਈਓ ਖੂਨ ਸਾੜਨ ਵਾਲੀਆਂ ਹੱਸ ਲਿਆ ਕਰੋ ਕਦੇ ਖੁਸ਼ ਰਿਹਾ ਕਰੋ ਠੀਕ ਆ ਹਾਸੇ ਹਾਸੇ ਵਾਲੀਆਂ ਗੱਲਾਂ ਕਰਿਆ ਕਰੋ ਹਾਂ ਬਥੇਰੇ ਢਾ ਜਾਣੇ ਉਈਏ ਵਾਧੂ ਦੁੱਖ ਨੇ ਜ਼ਿੰਦਗੀਆਂ 'ਚ ਹਾਂ ਸਬਜ਼ੀਆਂ ਚੀਨੇ ਨਾਲੇ ਕਿਹੜਾ ਮੇਰੇ ਕੱਲੀ ਦੇ ਨੇ ਆਹ ਹੱਸ ਲਿਆ ਕਰੋ ਕੋਈ ਨਹੀਂ ਰੋਣੇ ਧੋਣੇ ਤਾਂ ਚੱਲੀ ਜਾਂਦੇ ਨੇ ਉਹ ਤਾਂ ਵਿੱਚ ਧੱਕੇ ਨਾਲ ਹੀ ਆ ਜਾਂਦੇ ਹੁੰਦੇ ਨੇ ਵਾਧੂ ਦੇ ਘੱਟੋ ਘੱਟ ਆਪ ਤਾਂ ਨਾ ਬੋਲੋ ਫਾਲਤੂ ਕਿਸੇ ਨੂੰ ਰੋਣ ਵਾਲੀਆਂ ਗੱਲਾਂ ਕਰੋ ਠੀਕ ਆ ਹੁਣ ਮੇਰੀ ਗੱਲ ਮੰਨ ਲਿਓ ਸਾਰੇ ਜੇ ਵਿੱਚ ਕੋਈ ਪੁੱਠਾ ਬੋਲਿਆ ਮੈਂ ਦੇਖ ਲੈਂਦੀ ਹਾਂ ਅਤੇ ਕਮੈਂਟ ਕੁੜੀ ਦੇ ਮੈਂ ਸਾਰੇ ਪੜ੍ਹਦੀ ਹੁੰਦੀ ਹਾਂ ਮੈਂ ਤਾਂ ਢਹਿ ਜਾਣੇ ਉਹਦੀ ਰਿਪੋਰਟ ਕਰਾ ਦੂੰ ਸਭ ਨੂੰ ਬਲੌਕ ਵੀ ਕਰਾ ਦੂੰ ਨਾਲੇ ਨਾਲ ਉਹ ਮੈਨੂੰ ਆਉਂਦਾ ਕਰਾਉਣਾ ਪਤਾ ਮੈਨੂੰ ਹੋ ਜਾਂਦਾ ਹੁੰਦਾ ਇਹਦੇ ਤੋਂ ਬੰਦ ਅੱਛਾ ਚਲੋ ਠੀਕ ਹੈ ਭਾਈ ਹੁਣ ਮੈਂ ਤਾਂ ਆਪ ਰੋਟੀ ਬਣਾਉਣੀ ਆ ਜਾ ਕੇ ਘਰੇ ਆਹ ਤੁਸੀਂ ਤਾਂ ਵਿਹਲੇ ਹੋ ਸਾਰੇ ਆਹ ਚੰਗਾ ਓਕੇ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਕੋਈ ਵੱਧ ਘੱਟ ਬੋਲਿਆ ਗਾ ਹੋਵੇ ਕਿਸੇ ਨੂੰ ਮਾਫ਼ ਕਰਿਓ ਠੀਕ ਆ ਗੁੱਸਾ ਨਾ ਕਰ ਜਿਓ ਫੇਰ ਆਉਂਗੀ ਮੈਂ ਬਹੁਤ ਛੇਤੀ ਅੱਛਾ ਓਕੇ ਹੱਸਦੇ ਰਹੋ ਸਾਰੇ ਵੱਸਦੇ ਰਹੋ ਭਾਈ ਚੜ੍ਹਦੀ ਕਲਾ 'ਚ ਰਹੋ ਸਾਰੇ ਸਾਰਿਆਂ ਨੂੰ ਪਰਮਾਤਮਾ ਖੁਸ਼ ਰੱਖੇ ਤੁਹਾਨੂੰ